ਹੈਲੋ ਆਦਾਬ ਨਮਸਕਾਰ ਸਤਿ ਸ਼ਕਾਲ ਗੁੱਡ ਇਵਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਵੱਡਾ 24/7 ਦੇ ਇਸ YouTube ਪਲੇਟਫਾਰਮ ਤੇ ਉਮੀਦ ਕਰਦਾ ਆਸ਼ਾ ਕਰਦਾ ਸਾਰੇ ਠੀਕ ਠਾਕ ਹੋਵਗੇ ਵਧੀਆ ਹੋਵਗੇ ਘੈਂਟ ਹੋਵਗੇ ਮਸਤ ਹੋਵਗੇ ਆ ਸ਼ਾਮ ਦੇ ਵਾਚ ਚੁੱਕਿਆ ਜੀ 5 ਤੇ 5 ਵਜੇ ਮੈਂ ਮਨੋਜ ਰਾਜਪੂਤ ਹਰ ਰੋਜ਼ ਦੀ ਤਰ੍ਹਾਂ ਫੇਰ ਤੁਹਾਡੇ ਲਈ ਪੰਜਾਬ ਦੇ ਜਿੰਨੇ ਵੀ ਪੇਪਰ ਆਉਣੇ ਪੈਂ ਪਟਵਾਰੀ ਹੈ ਵੀਡੀਓ ਹੈ ਜੇਲ੍ਹ ਵਾਡਰ ਹੈ ਭਾਵੇਂ ਫੂਡ ਸਰਪ੍ਰਾਈਜ਼ ਇੰਸਪੈਕਟਰ ਹੈ ਪੰਜਾਬ ਪੁਲਿਸ ਕਨਸਟੇਬਲ ਸਬ ਇੰਸਪੈਕਟਰ A B C D ਜਿੰਨੇ ਵੀ ਪੇਪਰ ਨੇ ਜੀ ਸਾਰੇ ਪੇਪਰਾਂ ਦੇ ਵਾਸਤੇ GK GS ਦੀ ਤਿਆਰੀ ਕਰ ਰਹ ਅੱਜ ਥੋੜੀ ਦੇਰ ਪਹਿਲਾਂ ਮੈਂ ਕਲਾਸ ਤਿਆਰ ਕਰ ਰਿਹਾ ਸੀ ਮੈਨੂੰ ਸਰਜੀਤ ਪਾਤਰ ਜੀ ਦੀਆਂ ਲਾਈਨਾਂ ਨਜ਼ਰ ਆਈਆਂ ਬੜੀਆਂ ਮਤਲਬ ਬਹੁਤ achੀਆਂ ਲਾਈਨਾਂ ਸੀ ਸਰਜੀਤ ਪਾਤਰ ਜੀ ਨੇ ਲਿਖਿਆ ਵੀ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੇ ਜੁਗਾ ਜੁਗਾ ਤੋਂ ਆਉਣ ਕਾਫਲੇ ਸੱਚ ਦੇ ਗਵਾਹ ਬਣਦੇ ਜੁਗਾ ਜੁਗਾ ਤੋਂ ਆਉਣ ਕਾਫਲੇ ਸੱਚ ਦੇ ਗਵਾਹ ਬਣਦੇ ਇਹ ਸੱਚ ਦਾ ਗਵਾਹ ਤੁਹਾਡੀ ਸਿਲੈਕਸ਼ਨ ਦਾ ਗਵਾਹ ਤੁਹਾਡੀ ਇਸ ਸਟਰਗਲ ਦਾ ਅਗਵਾਏ ਜਮਾਨਾ ਬਣੇਗਾ ਜਿਸ ਦਿਨ ਤੁਸੀਂ ਸਰਕਾਰੀ ਨੌਕਰੀ ਲੱਗਣ ਤੋਂ ਬਾਅਦ ਆਪਣੇ ਸੁਪਨੇ ਪੂਰੇ ਕਰੋਗੇ ਜਾਂ ਆਪਣੇ ਉਹ ਸੁਪਨਿਆਂ ਦੇ ਮਤਲਬ ਮਹਿਲ ਨੂੰ ਜੋ ਤੁਸੀਂ ਸਜਾਇਆ ਉਹਦੇ ਵਿੱਚ ਜਾ ਕੇ ਪ੍ਰਵੇਸ਼ ਹੋਏਗਾ ਕਹਿੰਦਾ ਮਤਲਬ ਇਸ ਵਾਰ ਪਰਮਾਤਮਾ ਕਰੇ 2023 ਦੇ ਅੰਤ 2024 ਦੀ ਸ਼ੁਰੂਆਤ ਦੇ ਵਿੱਚ ਤੁਸੀਂ ਜਿਹੜੀ ਵੀ ਨੌਕਰੀ ਦਾ ਸੁਪਨਾ ਲਿਆ ਪਰਮਾਤਮਾ ਕਰੇ ਜਲਦੀ ਤੁਹਾਨੂੰ ਨੌਕਰੀ ਹਾਸਲ ਹੋਵੇ ਸਾਰਿਆਂ ਦਾ ਸਵਾਗਤ ਹੈ ਜੀ ਸਭ ਨੂੰ ਗੁੱਡ ਈਵਨਿੰਗ ਹੈ ਸਿਮਰਨ ਰੁਪਿੰਦਰ ਲਪ੍ਰਿਤ ਸੈਂਡੀ ਰਜਨੀ ਆਂਚਲ ਹਰਪ੍ਰੀਤ ਰੀਆ ਧਾਲੀਵਾਲ ਬੂਟਾ ਖਾਨ ਸਿਮਰਨ ਕੌਰ ਸੁਰਿੰਦਰ ਕੌਰ ਅਹ ਦਿਲਪ੍ਰੀਤ ਜਤਿੰਨਜੀਤ ਸੰਦੀਪ ਔਜਲਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਗੁਰਪ੍ਰੀਤ ਗੁੱਡ ਇਵਨਿੰਗ ਟੂ ਆਲ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਇੰਪੋਰਟੈਂਟ ਰਹਿਣ ਵਾਲੀ ਹੈ ਕਲਾਸ ਨੰਬਰ 14 ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ ਜਿਨ੍ਹਾਂ ਪਹਿਲਾਂ ਨਹੀਂ 13 ਕਲਾਸਾਂ ਨਹੀਂ ਵੇਖੀਆਂ ਉਹ ਵੀ ਪਲੇਲਿਸਟ ਨੂੰ ਜਾ ਕੇ ਵੇਖ ਲਿਓ ਸਾਰੀਆਂ ਕਲਾਸਾਂ ਇੰਪੋਰਟੈਂਟ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਟਰਨ ਕਰਕੇ ਘੰਟੀ ਵਾਲਾ ਬਟਨ ਦਬਜੋ ਤਾਂ ਕਿ ਹਰ ਇੱਕ ਕਲਾਸ ਦੀ ਜਾਣਕਾਰੀ ਜਿਹੜੀ ਹੈ ਉਹ ਸਮੇਂ ਸਿਰ ਦੋਸਤੋ ਮਿਲਦੀ ਰਹੇ ਤੇ ਨਾਲ ਨਾਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਨਾ ਭੁੱਲਿਓ ਐਪਲੀਕੇਸ਼ਨ ਤੋਂ ਬਾ ਕੁਝ ਪਾਣਾ ਚਾਹਤੇ ਹੈ ਜੋ ਆਪਣੀ ਜ਼ਿੰਦਗੀ ਮੇਂ ਕੁਝ ਪਾਣਾ ਚਾਹਤੇ ਹੈ ਉਹ ਸਮੁੰਦਰ ਮੇਂ ਵੀ ਪੁਲ ਬਣਾ ਦਿੰਦੇ ਹੈ ਉਹ ਸਮੁੰਦਰ ਮੇਂ ਵੀ ਪਥਰੋਂ ਕੇ ਪੁਲ ਬਣਾ ਦਿੰਦੇ ਹੈ ਕਹਿੰਦਾ ਮਤਲਬ ਜਿਹਦੇ ਚ ਵਿਸ਼ਵਾਸ ਹੋਵੇ ਨਾ ਜਿਹਨੂੰ ਇੱਛਾ ਹੋਵੇ ਕੁਝ ਕਰਨ ਦੀ ਤੇ ਉਹ ਦੁਨੀਆ ਦੀ ਕੋਈ ਤਾਕਤ ਉਹਨੂੰ ਰੋਕ ਨਹੀਂ ਸਕਦੀ ਇੱਕ ਮੇਰੇ ਐਗਜ਼ਾਮਪਲ ਯਾਦ ਆ ਰਹੀ ਹੈ ਇੱਕ ਵਾਰੀ ਕਹਿੰਦੇ ਕੀ ਹੋਇਆ ਜੀ ਜਦੋਂ ਅਯੁੱਧਿਆ ਦੇ ਵਿੱਚੋਂ ਸ਼੍ਰੀ ਰਾਮਚੰਦਰ ਜੀ ਨਾਲ ਲਕਸ਼ਮਣ ਜੀ ਨਾਲ ਸੀਤਾ ਮਾਤਾ ਜੀ ਨੂੰ ਬਨਵਾਸ ਦਿੱਤਾ ਗਿਆ ਤੇ ਬਨਵਾਸ ਦੇ ਲਈ ਕਹਿੰਦੇ ਜੰਗਲਾਂ ਦੇ ਵਿੱਚ ਜਦੋਂ ਗਏ ਸੀਤਾ ਮਾਤਾ ਜੀ ਦਾ ਹਰਣ ਹੋ ਗਿਆ ਤੇ ਉਸ ਸਮੇਂ ਯੁੱਧ ਦੇ ਮਤਲਬ ਹਾਲਾਤ ਬਣੇ ਹੋਏ ਸੀ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਸੈਨਾ ਲੰਕਾ ਦੇ ਵੱਲ ਨੂੰ ਮੁਖ ਕਰਕੇ ਚੱਲ ਰਹੀ ਸੀ ਤੇ ਇੱਕ ਗੱਲ ਫੈਲ ਗਈ ਪੂਰੀ ਲੰਕਾ ਦੇ ਵਿੱਚ ਗੱਲ ਫੈਲ ਗਈ ਪੂਰੀ ਲੰਕਾ ਦੀ ਪਰਜਾ ਗੱਲ ਕਰ ਰਹੀ ਆ ਕਹਿੰਦੇ ਜੀ ਜਿਹੜੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਨੇ ਨਾ ਉਹ ਬਹੁਤ ਪਾਵਰਫੁਲ ਨੇ ਆਪਣੇ ਰਾਜੇ ਰਾਵਣ ਤੋਂ ਜ਼ਿਆਦਾ ਸ਼ਕਤੀਸ਼ਾਲੀ ਨੇ ਲੋਕ ਕਹਿੰਦੇ ਕਿਉਂ ਜੀ ਕਹਿੰਦੇ ਉਹ ਇਸ ਕਰਕੇ ਸ਼ਕਤੀਸ਼ਾਲੀ ਨੇ ਕਿ ਹਨਰ ਸੈਨਾ ਸੀ ਉਹਨਾਂ ਨੇ ਕਹਿੰਦੇ ਕਿ ਨਦੀ ਪਾਰ ਕਰਨੀ ਸੀ ਤੇ ਉਹਨਾਂ ਨੇ ਉਹਨਾਂ ਦਾ ਨਾਮ ਸ਼੍ਰੀ ਰਾਮ ਜੀ ਲਿਖ ਕੇ ਤੇ ਪੱਥਰ ਨੂੰ ਨਦੀ ਦੇ ਸਿੱਟੇ ਤੇ ਪੱਥਰਾਂ ਦਾ ਪੁਲ ਬਣ ਗਿਆ ਪੱਥਰ ਡੁੱਬੇ ਨਹੀਂ ਆਪਣਾ ਰਾਜਾ ਘੱਟ ਸ਼ਕਤੀਸ਼ਾਲੀ ਆ ਉਹ ਸ਼੍ਰੀ ਰਾਮਚੰਦਰ ਜੀ ਜਿਆਦਾ ਸ਼ਕਤੀਸ਼ਾਲੀ ਨੇ ਹੁਣ ਰਾਵਣ ਦੀ ਇੱਜ਼ਤ ਤੇ ਗੱਲ ਆ ਗਈ ਰਾਵਣ ਨੇ ਸੋਚਿਆ ਵੀ ਯਾਰ ਇਹਨੂੰ ਕਿਸ ਤਰੀਕੇ ਨਾਲ ਮੈਂ ਆਪ ਦੀ ਰਾਜਾ ਨੂੰ ਇੰਪ੍ਰੈਸ ਕਰ ਸਕਦਾ ਆਪ ਦੀ ਪਰਜਾਂ ਨੂੰ ਕਿਵੇਂ ਇੰਪ੍ਰੈਸ ਕਰ ਸਕਦਾ ਤਾਂ ਰਾਵਣ ਨੇ ਕੀ ਕੀਤਾ ਰਾਵਣ ਨੇ ਸਾਰੀ ਪਰਜਾਂ ਨੂੰ ਸੱਦਾ ਦਿੱਤਾ ਨਦੀ ਦੇ ਕਿਨਾਰੇ ਤੇ ਤੇ ਇਹ ਕਹਿੰਦਾ ਵੀ ਤੁਹਾਨੂੰ ਕੀ ਲੱਗਦਾ ਵੀ ਰਾਮਚੰਦਰ ਜੀ ਨੇ ਜੋ ਜਿਆਦਾ ਸ਼ਕਤੀਸ਼ਾਲੀ ਨੇ ਨਹੀਂ ਤੁਹਾਡ ਤੋਂ ਨੂੰ ਹੁਣੇ ਹੀ ਦਿਖਾ ਦਿੰਦਾ ਮੈਂ ਤੁਸੀਂ ਪੱਥਰ ਤੈਰਨ ਦੀ ਗੱਲ ਕਰਦੇ ਹੋ ਉਹ ਕਹਿੰਦੇ ਹਾਂ ਚਲੋ ਜੀ ਉਹ ਪੱਥਰ ਚੱਕਦਾ ਪੱਥਰ ਦੇ ਉੱਤੇ ਰਾਵਣ ਲਿਖ ਕੇ ਤੇ ਪੱਥਰ ਨੂੰ ਨਦੀ 'ਚ ਛੱਡ ਦਿੰਦਾ ਪੱਥਰ ਡੁੱਬਦਾ ਨਹੀਂ ਤੇ ਭਾਈ ਸਾਰੇ ਹੈਰਾਨ ਹੋ ਜਾਂਦੇ ਕਹਿੰਦੇ ਆਪਣੇ ਰਾਜੇ 'ਚ ਹੀ ਬਰਾਬਰ ਦੀ ਪਾਵਰ ਆ ਲੋਕ ਘਰੋਂ ਘਰੀ ਚਲੇ ਜਾਂਦੇ ਆ ਤੇ ਰਾਵਣ ਦੀ ਘਰਵਾਲੀ ਜਦੋਂ ਉਹਨੂੰ ਪੁੱਛਦੀ ਆ ਨਾ ਮੰਦੋਦਰੀ ਪੁੱਛਦੀ ਆ ਵੀ ਆ ਕੀ ਹੋਇਆ ਸੀ ਇਹ ਪੱਥਰ ਡੁੱਬਿਆ ਕਿਉਂ ਨਹੀਂ ਕੀ ਹੋਇਆ ਹੈ ਜੀ ਚਲੋ ਉਹ ਤਾਂ ਮਰਿਆਦਾ ਪ੍ਰਸ਼ੋਤਮ ਨੇ ਉਹਨਾਂ ਦੇ ਨਾਮ ਦੇ ਤਾਂ ਪੱਥਰ ਨਹੀਂ ਡੁੱਬਿਆ ਤੁਹਾਡੇ ਨਾਮ ਤੇ ਕਿਉਂ ਨਹੀਂ ਡੁੱਬਿਆ ਉਹ ਕਹਿੰਦਾ ਮੈਂ ਪੱਥਰ ਨੂੰ ਚੱਕਿਆ ਪੱਥਰ ਤੇ ਮੈਂ 라ਵਣ ਲਿਖਿਆ ਤੇ ਪੱਥਰ ਨੂੰ ਕਿਹਾ हे ਪੱਥਰ ਤੈਨੂੰ ਉਸ ਭਗਵਾਨ શ્રી ਰਾਮਚੰਦਰ ਜੀ ਦੀ ਸਹਾਗਰ ਤੂੰ ਡੁੱਬ ਗਿਆ ਤੇ ਉਹ ਪੱਥਰ ਤਿਆਰਦਾਰਿਆ ਜਾਨੀ ਕਿ ਵਿਸ਼ਵਾਸ ਦੇ ਉੱਤੇ ਦੁਨੀਆ ਖੜੀਆ ਵਿਸ਼ਵਾਸ ਦੇ ਉੱਤੇ ਸਿਲੈਕਸ਼ਨ ਖੜੀਆ ਆਉਣ ਵਾਲੇ ਸਮੇਂ ਤੇ ਅਗਰ ਵਿਸ਼ਵਾਸ ਤੇ ਯਕੀਨ ਤੇ ਸ਼ਿੱਦਤ ਦੇ ਨਾਲ ਮਿਹਨਤ ਕਰਦੇ ਰਹੋਗੇ ਸਿਲੈਕਸ਼ਨ ਨੂੰ ਕੋਈ ਰੋਕ ਨਹੀਂ ਸਕਦਾ ਬਹੁਤਾ ਸਮਾਂ ਨਾਲ ਆਈਏ ਪਹਿਲੇ ਕੁਐਸਚਨ ਦੇ ਵੱਲ ਚਲੀਏ ਪਹਿਲਾ ਸਵਾਲ ਤੁਹਾਡੇ ਸਾਰਿਆਂ ਸਾਹਮਣੇ ਭਾਰਤ ਵਿੱਚ ਪਹਿਲਾ ਪੁਰਤਗਾਲੀ ਵਾਇਸਰਾਏ ਕੌਣ ਸੀ ਆਪਣੀ ਕਲਾਸ ਦਾ ਰੂਲ ਆ ਜੀ ਆਪਣੀ ਕਲਾਸ ਦਾ ਇੱਕ ਰੂਲ ਆ ਜਦੋਂ ਪਹਿਲਾ ਸਵਾਲ ਹੁੰਦਾ ਨਾ ਪਹਿਲੇ ਕੁਐਸਚਨ ਨੂੰ ਆਪਾਂ ਕਹਿੰਦੇ ਆ ਜੀ ਬੀਸੀਐਸ ਸਵਾਲ ਪਹਿਲੇ ਸਵਾਲ ਨੂੰ ਆਪਾਂ ਕੀ ਕਹਿੰਦੇ ਆ ਸਰ ਬੀਸੀਐਸ ਸਵਾਲ ਬੀਸੀਐਸ ਬੋਲੇ ਤਾਂ ਬਿਲਕੁਲ ਚੂਰਨ ਸਵਾਲ ਕੀ ਹੈ ਜੀ ਬਿਲਕੁਲ ਚੂਰਨ ਸਵਾਲ ਪਹਿਲਾ ਕੁਐਸਚਨ ਕਿਹੜਾ ਕੁਐਸਚਨ ਹੈ ਜੀ ਬਿਲਕੁਲ ਚੂਰਨ ਸਵਾਲ ਕਹਿੰਦੇ ਜੀ ਕਿਹੜਾ ਬੰਦਾ ਹੈ ਜਿਹੜਾ ਪਹਿਲਾ ਪੁਰਤਗਾਲੀ ਵਾਇਸਰਾਏ ਆ ਜੀ ਆਪਣੇ ਇੰਡੀਆ ਦੇ ਵਿੱਚ ਦੀਆਜ ਵਾਸਕੋ ਡੀ ਗਾਮਾ ਜਾਂ ਲਮੀਡਾ ਜਾਂ ਅਲਬਿਰਿਕ ਦੱਸੋ ਜੀ ਕੀ ਆਏਗਾ ਵੀਡੀਓ ਲਈ ਕੁਆਲੀਫਿਕੇਸ਼ਨ ਕੀ ਹੈ ਜੀ ਵੀਡੀਓ ਲਈ ਬਈ ਗ੍ਰੈਜੂਏਸ਼ਨ ਹੋਏਗੀ ਜੀ ਗ੍ਰੈਜੂਏਸ਼ਨ ਦੀ ਜ਼ਰੂਰਤ ਹੋਏਗੀ ਵੀਡੀਓ ਲਈ ਸ਼ਾਬਾਸ਼ ਜੀ ਹੋਰ ਜਵਾਬ ਬਹੁਤ ਆਸਾਨ ਕੁਐਸਚਨ ਹੈ ਜੀ ਬਹੁਤ ਹੀ ਆਸਾਨ ਵੈਰੀ ਗੁੱਡ ਸ਼ਾਬਾਸ਼ ਕਹਿੰਦੇ 20 ਉੱਤਰ ਆ ਰਿਹਾ ਜੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਪਹਿਲਾ ਪੁਰਤਗਾਲੀ ਵਾਇਸ ਰਾਏ ਕਹਿੰਦੇ 20 ਉੱਤਰ ਆ ਰਿਹਾ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਯਾਦ ਰੱਖਿਓ ਇੱਕ ਨਾ ਮਸ਼ਹੂਰੀ ਆਉਂਦੀ ਹੁੰਦੀ ਸੀ ਉਹ ਸਾਬਣ ਦੀ ਮਸ਼ਹੂਰੀ ਸੀ ਤੁਹਾਨੂੰ ਕਹਿੰਦੇ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ ਤੇ ਹਰ ਦੇਖਣ ਵਾਲਾ ਸਾਬਣ ਸੰਤੂਰ ਨਹੀਂ ਹੁੰਦਾ ਉਹ ਇਹ ਕਹਿੰਦੇ ਹੁੰਦੇ ਸੀ ਪਰ ਮੈਂ ਤੁਹਾਨੂੰ ਦੱਸਾਂ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ ਐਵਰੀ ਡੇ ਇਸ ਨਾਟ ਸੰਡੇ ਹਰ ਵਾਰ ਤੁੱਕਾ ਸਹੀ ਨਹੀਂ ਹੁੰਦਾ ਧਿਆਨ ਨਾਲ ਪੜੋ ਪੁਰਤਗਾਲੀ ਯਾਤਰੀ ਨਹੀਂ ਪੁੱਛ ਰਿਆ ਪੁਰਤਗਾਲੀ ਵਾਈਸ ਰਾਏ ਪੁੱਛ ਰਿਆ ਦੋਵਾਂ ਦੇ ਵਿੱਚ ਫਰਕ ਆ ਪਿਆਰੇ ਬੱਚੇ ਪੁਰਤਗਾਲੀ ਵਾਈਸ ਰਾਏ ਜਾਂ ਪੁਰਤਗਾਲੀ ਗਵਰਨਰ ਦੀ ਗੱਲ ਕਰ ਰਿਹਾ ਹੈ ਪਹਿਲਾ ਪੁਰਤਗਾਲੀ ਗਵਰਨਰ ਕੌਣ ਆ ਜੀ ਅਲਮੀਡਾ ਹੈ ਦ ਅੱਤੇ ਅੱਗੇ ਆਪਾਂ ਗੜਬੜ ਕਰ ਜਾਂਦੇ ਹਾਂ ਹੁਣ ਜਿਨ੍ਹਾਂ ਦਾ ਬੀ ਉੱਤਰ ਆ ਉਹ ਸੌਰੀ ਸਰ ਬੋਲ ਸਕਦੇ ਆ ਕਿਉਂਕਿ ਵਾਸਕੋ ਡੀ ਗਾਮਾ 1498 ਦੇ ਵਿੱਚ ਆਇਆ 노 ਡਾਊਟ ਆਇਆ ਸੀ ਕਲਕੈਲੀਕਟ ਬੰਦਰਗਾਹ ਦੇ ਉੱਤੇ 노 ਡਾਊਟ ਪਰ ਇਹ ਯਾਤਰੀ ਸੀ ਇਹ ਗਵਰਨਰ ਨਹੀਂ ਸੀ ਗਵਰਨਰ ਕੌਣ ਸੀ ਅਲਮੀਡਾ ਸੀਗਾ ਦੋਸਤੋ ਪਹਿਲਾ ਗਵਰਨਰ ਕੌਣਾ ਅਲਮੀਡਾ ਤੇ ਅਲਮੀਡੇ ਤੋਂ ਬਾਅਦ ਬਣਾਇਆ ਗਿਆ ਜੀ ਐਲ ਬੀ ਕੋਰਕ ਤੇ ਐਲ ਬੀ ਕੋਰਕ ਨੂੰ ਰੀਅਲ ਗਵਰਨਰ ਆਪ ਪੁਰਤਗੀਜ਼ ਕਿਹਾ ਜਾਂਦਾ ਹੈ ਦੋਸਤੋ ਅਗਲਾ ਕੁਐਸਚਨ ਦੇਖੋ ਕੀ ਕਹਿੰਦਾ ਅਗਲਾ ਸਵਾਲ ਕਹਿੰਦੇ ਸਰਸਵਤੀ ਸਨਮਾਨ ਪੁਰਸਕਾਰ ਕਿਹੜੇ ਖੇਤਰ 'ਚ ਦਿੱਤਾ ਜਾਂਦਾ ਜੀ ਸਰਸਵਤੀ ਸਨਮਾਨ ਪੁਰਸਕਾਰ ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਦਿਓ ਜਵਾਬ ਸ਼ਾਬਾਸ਼ ਸੌਰੀ ਸਰ ਉਹਦੋਂ ਧਿਆਨ ਨਾ ਪੜ ਲਿਆ ਕਰੋ ਸੌਰੀ ਕਹਿਣ ਦੀ ਲੋੜ ਹੀ ਕੀ ਪਵੇ ਹਾਂ ਮੈਨੂੰ ਸੌਰੀ ਕਹਿ ਦੋਗੇ ਮੈਂ ਸ਼ਾਇਦ ਮੰਨ ਜਾ ਪਰ ਐਗਜ਼ਾਮੀਨਰ ਨਹੀਂ ਐਗਜ਼ਾਮੀਨਰ ਇਜ਼ ਨਾਟ आवर ਪੂਆ ਦਾ ਮੁੰਡਾ ਉਹਨੇ ਬਾਈ ਗਲਤੀ ਕਰ ਦੇਣਾ ਸਿੱਧੀ ਜੀ ਗੱਲ ਸਰਸਵਤੀ ਸਨਮਾਨ ਪੁਰਸਕਾਰ ਇਹ ਪਾ ਕੱਲ ਵੀ ਕੁਐਸਚਨ ਕੀਤਾ ਸੀ ਅੱਜ ਫੇਰ ਰਿਪੀਟ ਹੋ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਦਫ਼ਤਰ ਗਿਆ ਹੈਗਾ ਜੀ ਲਿਟਰੇਚਰ ਦੇ ਸਾਹਿਤ ਦੇ ਵੀ ਦਿੱਤਾ ਜਾਂਦਾ ਕਹਿੰਦੇ ਹੇਠਾਂ ਲਿਖੀਆਂ ਕਮੇਟੀਆਂ ਵਿੱਚੋਂ ਕਿਹੜੀਆਂ ਨੇ ਬੁਨਿਆਦੀ ਕਰਤਵਾਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਕਿਹੜੀ ਕਮੇਟੀ ਨੇ ਕਿਹੜੀ ਕਮੇਟੀ ਨੇ ਬੁਨਿਆਦੀ ਕਰਤਵ ਜਾਨੀ ਕਿ ਫੰਡਾਮੈਂਟਲ ਡਿਊਟੀਆਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਦੋਸਤੋ ਇੱਕ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਐਤਵਾਰ ਨੂੰ ਐਤਕੀ ਵੇਲੇ ਨਾ ਰਿਓ ਆਇਓ ਮੜਾ ਜਾ ਸਰ ਐਸ ਵਾਰ ਐਤਵਾਰ ਨੂੰ ਤੁਹਾਡੇ ਵਾਸਤੇ ਕੁਝ ਖਾਸ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਸਰ ਨੇ ਦੱਸ ਹੀ ਦਿੱਤਾ ਐਤ ਕੀ ਐਤਵਾਰ ਤੁਹਾਡੇ ਲਈ ਬਹੁਤ ਸਪੈਸ਼ਲ ਕਰਨ ਜਾ ਰਹੇ ਹਾਂ ਕਿਉਂਕਿ ਸਵੇਰੇ ਤੋਂ ਸ਼ਾਮ ਤੱਕ ਲਗਾਤਾਰ ਇਸਰ ਮੈਰਾਥਨ ਚੱਲਣਗੀਆਂ ਤੇ ਉਹਦੇ ਵਾਸਤੇ ਰੀਜਨਿੰਗ ਦੀ ਥੋੜੀ ਸਪੈਸ਼ਲ ਮੈਰਾਥਨ ਜਿਹੜੀ ਆ ਉਹ 1 ਵਜੇ ਤੇ ਲੈ ਕੇ ਆ ਰਹੇ ਆ ਮੈਂ ਤੁਹਾਡੇ ਲਈ ਕਿਉਂਕਿ ਪਹਿਲਾਂ ਉਹਦਾ ਟਾਈਮ ਸੀਗਾ 4 ਵਜੇ ਲੇਕਿਨ ਉਹ ਥੋੜਾ ਜਿਹਾ ਟਾਈਮ ਉੱਪਰ-ਨੀਚੇ ਕੀਤਾ ਤੇ ਹੁਣ ਆਪਣੀ ਜਿਹੜੀ ਮੈਰਾਥਨ ਹੋਏਗੀ ਉਹ ਹੋਏਗੀ ਦੁਪਹਿਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ 1 ਵਜੇ ਤੋਂ 3 ਵਜੇ ਤੱਕ ਸਰਦੀ ਮੈਰਾਥਨ 3 ਤੋਂ 5 ਵਜੇ ਤੱਕ ਇੰਗਲਿਸ਼ ਦੀ ਮੈਰਾਥਨ ਮੈਡਮ ਲੈ ਕੇ ਆ ਰਿਹਾ ਤੇ 5 ਤੋਂ 7 ਵਜੇ ਭਾਈ ਆਪਣੀ ਕਲਾਸ ਵੀ ਚੱਲੇਗੀ ਐਤਵਾਰ ਵਾਲੇ ਦਿਨ ਸੰਡੇ ਵਾਲੇ ਦਿਨ ਦਾ ਮਤਲਬ ਇਹ ਨਹੀਂ ਵੀ ਕੰਬਲ ਤਾਣ ਕੇ ਸੌਂਜੋ ਵੀ ਅੱਜ ਬੱਲੇ ਬੱਲੇ ਆ ਭਾਈ ਉਸ ਦਿਨ ਦੁੱਗਣਾ ਤਿੱਗਣਾ ਪੜਾਂਗੇ ਆਪਾਂ ਨਾ ਬਾਕੀਆਂ ਨਾਲੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਆਪਾਂ ਸਾਰੇ ਟੋਟਲ ਜਿੰਨੇ ਵੀ ਆਪਾਂ ਕਲਾਸਾਂ ਦੇ ਵਿੱਚ ਕੁਐਸਚਨ ਕਰਦੇ ਹਾਂ ਉਸੇ ਟਾਈਪ ਦੇ ਹੋਰ ਕੁਐਸਚਨਾਂ ਤੇ ਪ੍ਰੈਕਟਿਸ ਰੈਪਿਡ ਫਾਇਰ ਜ਼ਬਰਦਸਤ ਤਰੀਕੇ ਦੇ ਨਾਲ ਕੋਸ਼ਿਸ਼ ਕਰਾਂਗੇ ਤਾਂ ਸਾਰਿਆਂ ਨੇ ਜੁੜਨਾ ਹੈ ਸੰਡੇ ਨੂੰ 1 ਵਜ ਹਾਜੀ ਰੋਮ ਰੋਮ ਜੀ ਰੋਮ ਰੋ ਸਰ ਅੱਜ ਸ਼ਿਕਾ ਚਲੋ ਠੀਕ ਹੈ ਸਭ ਬੜੇ ਸੋਹਣੇ ਲੱਗ ਰਹੇ ਹੋ ਕਹਿੰਦੇ ਨਹੀਂ ਮੈਂ ਸੋਹਣਾ ਹੈਗਾ ਮੈਂ ਰੋਜ਼ ਹੀ ਲੱਗਦਾ ਨਾ ਤੁਸੀਂ ਧਿਆਨ ਨਾਲ ਵੇਖਿਆ ਕਰੋ ਬਸ ਤੇ ਬਾਕੀ ਗੱਲ ਹੋਰ ਦੱਸਾਂ ਮੁੰਡਿਓ ਬਾਲੇ ਧਿਆਨ ਨਾਲ ਮੈਨੂੰ ਨਾ ਵੇਖਿਆ ਕਰੋ ਪਿਆਰ ਹੋ ਜਾਊਗਾ ਤੁਹਾਨੂੰ ਮੇਰੇ ਨਾਲ ਰਾਤਾਂ ਸੁਪਨਿਆਂ ਚ ਆਇਆ ਕਰ ਮੈਂ ਗੱਲ ਦੱਸਦੀ ਜਿਹੜੇ ਮੈਨੂੰ ਬਾਲੇ ਮੁੰਡੇ ਦੇਖਦੇ ਨਾ ਧਿਆਨ ਨਾਲ ਸੋ ਭਾਈ ਪਹੁੰਚੋ ਜਰੂਰ ਆਹ ਕੌਣ ਆਏ ਮਨੋਜ ਸਰ ਦੀ ਫੇਵਰੇਟ ਸਰ ਅੱਜ ਬੜੇ ਸੋਹਣੇ ਲੱਗ ਰਹੇ ਹੋ ਓ ਮਾਈ ਗੋਡ ਇਹ ਨਾਮ ਪਹਿਲੀ ਵਾਰੀ ਵੇਖ ਰਿਹਾ ਹਾਂ ਹੈਲੋ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ ਕਹਿੰਦੇ ਬੁਨਿਆਦੀ ਕਰਤਵ ਜਾਨੀ ਕਿ ਫੰਡਾਮੈਂਟਲ ਡਿਊਟੀਆਂ ਨੂੰ ਸ਼ਾਮਲ ਕਰਨ ਦੇ ਲਈ ਕਿਹੜੀ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਸਵਰਨ ਸਿੰਘ ਕਮੇਟੀ ਸਵਰਨ ਸਿੰਘ ਕਮੇਟੀ ਜਾਨੀ ਕਿ ਸੀ ਵਿਲਬੀ ਦਾ ਝਮਾ ਝਮ ਅਨਸਰ ਸੀ ਵਿਲਬੀ ਦਾ ਝਮਾ ਝਮ ਅਨਸਰ ਤੇ ਜਿਹੜੀ ਸਵਰਨ ਸਿੰਘ ਕਮੇਟੀ ਨੇ ਸਿਫਾਰਿਸ਼ ਕੀਤੀ ਸੀ 10 ਫੰਡਾਮੈਂਟਲ ਡਿਊਟੀਆਂ ਸੀ ਪਹਿਲਾਂ ਅੱਜ ਕਿੰਨੀਆਂ ਜੀ 11 ਨੇ ਆਪਣੇ ਭਾਰਤ ਦੇ ਸੰਵਿਧਾਨ ਦੇ ਪਾਰਟ ਨੰਬਰ 4ਏ ਦੇ ਵਿੱਚ ਆ ਫੰਡਾਮੈਂਟਲ ਡਿਊਟੀਆਂ ਆਰਟੀਕਲ ਨੰਬਰ 51ਏ ਦੇ ਵਿੱਚ ਆ ਫੰਡਾਮੈਂਟਲ ਡਿਊਟੀਆਂ ਅਗਲਾ ਕੁਐ ਕਹਿੰਦੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਕੀ ਕਿਹਾ ਜਾਂਦਾ ਜੀ ਉੱਪਰਲੇ ਸਦਨ ਨੂੰ ਕੀ ਕਿਹਾ ਜਾਂਦਾ ਦੋਸਤੋ ਦੱਸੋ ਸ਼ਾਬਾਸ਼ ਸ਼ਾਬਾਸ਼ ਕਰਵਾਨ ਸਰ ਵੈਰੀ ਗੁੱਡ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਦੇਖੋ ਜਿਹੜਾ ਆਪਣਾ ਭਾਰਤ ਦਾ ਸਿਸਟਮ ਹੈ ਨਾ ਆ ਦੋ ਤਰੀਕੇ ਨਾਲ ਭਾਰਤ ਦੇ ਵਿੱਚ ਗਵਰਨਮੈਂਟ ਚੱਲਦੀ ਹੈ ਜੀ ਇੱਕ ਸਟੇਟ ਦੀ ਇੱਕ ਸੈਂਟਰ ਦੀ ਸੈਂਟਰ ਦੇ ਵਿੱਚ ਬਾਇ ਕੈਮਰਨ ਲੈਜਿਸਲੇਚਰ ਆ ਯਾਨੀ ਕਿ ਦੋ ਰਿ ਸਦਨ ਪ੍ਰਣਾਲੀ ਹੈ ਤੇ ਇਸੇ ਤਰੀਕੇ ਨਾਲ ਕੁਝ ਸਟੇਟਾਂ ਨੇ ਜੀ ਕੁਝ ਸਟੇਟਾਂ ਦੇ ਵਿੱਚ ਦੋ ਰਿ ਸਦਨ ਪ੍ਰਣਾਲੀ ਹੈ ਤੇ ਬਾਕੀ ਜ਼ਿਆਦਾਤਰ ਸਟੇਟਾਂ ਦੇ ਵਿੱਚ 6 ਸਟੇਟਾਂ ਨੂੰ ਛੱਡ ਕੇ ਬਾਕੀਆਂ ਦੇ ਵਿੱਚ ਇੱਕ ਅਹਿਰੀ ਸਦਨ ਪ੍ਰਣਾਲੀ ਹੈ ਦੋਸਤੋ ਇਹ ਗੱਲ ਕੀ ਕਰ ਰਿਹਾ ਜੀ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਉੱਪਰਲੇ ਸਦਨ ਨੂੰ ਕੀ ਕਹਿੰਦੇ ਆ ਜੀ ਰਾਜ ਸਭਾ ਕਹਿੰਦੇ ਆ ਦੋਸਤੋ ਉੱਪਰਲੇ ਸਦਨ ਨੂੰ ਕੀ ਕਹਿੰਦੇ ਆ ਰਾਜ ਸਭਾ ਕਹਿੰਦੇ ਹੈ ਹੇਟਲਾ ਸਦਨ ਕਿਹੜਾ ਜੀ ਹੇਟਲਾ ਸਦਨ ਕਿਹੜਾ ਦੋਸਤੋ ਹੇਟਲਾ ਸਦਨ ਹੈ ਜੀ ਲੋਕ ਸਭਾ ਹੇਟਲਾ ਸਦਨ ਕਿਹੜਾ ਹੈ ਲੋਕ ਸਭਾ ਪਿਆਰੇ ਬੱਚਿਓ ਇੱਕ ਗੱਲ ਯਾਦ ਰੱਖਿਓ ਜੀ ਆਰਟੀਕਲ ਨੰਬਰ 79 ਓਹੋ ਆਰਟੀਕਲ ਨੰਬਰ 79 80 ਤੇ 81 ਇਹ ਜੀ ਸਾਡੇ ਆ ਪਾਰਲੀਮੈਂਟ ਦੇ ਨਾਲ ਸਬੰਧਿਤ ਨੇ ਇਹ ਕਹਦੇ ਨਾਲ ਸਬੰਧਿਤ ਨੇ ਜੀ ਪਾਰਲੀਮੈਂਟ ਦੇ ਨਾਲ ਸਬੰਧਿਤ ਨੇ ਸਾਰੇ ਇਦਾਂ ਕਿਦਾਂ ਯਾਦ ਰੱਖਾਂਗੇ ਅਸੀਂ ਇਦਾਂ ਯਾਦ ਰੱਖਣ ਦਾ ਤਰੀਕਾ ਬੱਚਾ ਜੀ ਇਹ ਵਾਲਾ ਹੈ ਇਹਨਾਂ ਨੂੰ ਯਾਦ ਰੱਖਣ ਦਾ ਤਰੀਕਾ ਇਹ ਵਾਲਾ ਜੀ ਸੱਸੇ ਦੇ ਉੱਤੇ ਸੰਸਦ 79 ਨੰਬਰ ਦੇ ਵਿੱਚ ਰਾਰੇ ਦੇ ਉੱਤੇ ਆਪਣੇ ਕੋਲੇ ਲੋਕ ਰਾਜ ਸਭਾ 80 ਦੇ ਵਿੱਚ ਲੱਲੇ ਦੇ ਉੱਤੇ ਲੋਕ ਸਭਾ 81 ਦੇ ਵਿੱਚ ਸਰਲਾ ਯਾਦ ਰੱਖਿਓ ਜੀ ਕੀ ਯਾਦ ਰੱਖਿਓ ਸਰਲਾ ਭਾਈ ਸਰਲਾ ਯਾਦ ਰੱਖਿਓ ਸਰਲਾ ਦਾ ਮਤਲਬ 780 ਤੇ 81 ਦੇ ਵਿੱਚ ਕੀ ਹੈ ਜੀ ਸਾਡੇ ਕੋਲੇ ਪਾਰਲੀਮੈਂਟ ਰਾਜ ਸਭਾ ਤੇ ਲੋਕ ਸਭਾ ਦੋਸਤੋ ਰਾਜ ਸਭਾ ਸਾਡੀ ਪਰਮਾਨੈਂਟ ਹਾਊਸ ਹੈ ਰਾਜ ਸਭਾ ਆਪਣੀ ਪਰਮਾਨੈਂਟ ਹਾਊਸ ਵੀ ਹੈ ਦੋਸਤੋ ਅਗਲੇ ਕੁਐਸਚਨ ਦੇ ਵੱਲ ਚੱਲਦੇ ਆ ਅਗਲਾ ਸਵਾਲ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜੀ ਪਾਰਲੀਮੈਂਟਰੀ ਅ ਕਿਹੜੀ ਪਾਰਲੀਮੈਂਟਰੀ ਕਮੇਟੀ ਰਾਜ ਸਭਾ ਦੀ ਵਿੱਚੋਂ ਕੋਈ ਵੀ ਮੈਂਬਰ ਨਹੀਂ ਲੈਂਦੀ ਕਿਹੜੀ ਪਾਰਲੀਮੈਂਟ ਦੀ ਕਮੇਟੀ ਹੈ ਜਿਹੜੀ ਭਾਈ ਰਾਜ ਸਭਾ ਦੇ ਵਿੱਚੋਂ ਕੋਈ ਵੀ ਮੈਂਬਰ ਨਹੀਂ ਲੈਂਦੀ ਪਹਿਲਾ ਮੈਨੂੰ ਤਾਂ ਪਤਾ ਲੱਗੇ ਮੇਰਾ ਫੇਵਰਟ ਹੈ ਕੌਣ ਕਹਿੰਦੇ ਮਨੂਰ ਸਰ ਦੀ ਫੇਵਰਟ ਉਹ ਮੈਨੂੰ ਤਾਂ ਭਾਈ ਪਤਾ ਲੱਗੇ ਵੀ ਹੈ ਕੌਣ ਤੁਸੀਂ ਦੱਸੋ ਜੀ ਜਵਾਬ ਜਲਦੀ ਨਾਲ की आऊगा जी उत्तर होट कमेटी मैंने लगता है कल कोई मैं हैरान हाँ भाई कहते अकबरनामा किसने लिखा अकबरनामा दोस्तों किसने लिखाबरनामा किसने लिखा अब रहीम खाने खाना ने फैजी ने अबुल कादिर बैद ने जा भाई अबुल फल ने किसने लिखा सी दोस्तों दसो जी किसने लिखा नहीं वो एक दो क्वेश्चन पता नहीं किमें आ गए स्टार्टिंग सारे दूजे ने भाई ठीक है ਦੱਸੋ ਪਾਈਏ ਇਸ ਸਵਾਲ ਦਾ ਜਵਾਬ ਕੀ ਆਏਗਾ ਅਕਬਰਨਾਮਾ ਕਿਸ ਨੇ ਲਿਖਿਆ ਅਕਬਰਨਾਮਾ ਅਬਦੁਲ ਰਹੀਮ ਖਾਨੇਖਾਨਾ ਫੈਜ਼ੀ ਅਬਦੁਲ ਕਾਜ਼ਰ ਆਬਾਦ ਜਾਂ ਫਿਰ ਅਬੁਲ ਫਜ਼ਲ ਕੀ ਆਏਗਾ ਜੀ ए ਬੀ ਸੀ অর ਡੀ ਕੀ ਆਏਗਾ ਜਵਾਬ ਤਰਾਏਗਾ ਸਰ ਜੀ ਅਬੁਲ ਫਜ਼ਲ ਅਬੁਲ ਫਜ਼ਲ ਨੇ ਲਿਖਿਆ ਸੀ ਅਕਬਰਨਾਮਾ ਅਕਬਰਨਾਮਾ ਕਿਸ ਨੇ ਲਿਖਿਆ ਸੀ ਅਬੁਲ ਫਜ਼ਲ ਨੇ ਇਸ ਅਕਬਰਨਾਮਾ ਨੂੰ ਕਈ ਵਾਰੀ ਆਇਨ ਨੇ ਅਕਬਰੀ ਵੀ ਲਿਖ ਦਿੰਨੇ ਆ ਆਪਾਂ ਕਈ ਵਾਰੀ ਕੀ ਪੜ੍ਹਦੇ ਆ ਜੀ ਆਇਨ ਇਹ ਅਕਬਰੀ ਆਇਨ ਇਹ ਅਕਬਰੀ ਕੀ ਪੜ ਲੈਨੇ ਨਹੀਂ ਕਈ ਵਾਰੀ ਨੂੰ ਆਈ ਨੇ ਇੱਕ ਵਾਰੀ ਵੀ ਪੜ ਲੈਨੇ ਆ ਐਕਚੁਅਲ ਵਿਦਿਤੇ ਕੁਝ ਹਿੱਸੇ ਸੀ ਅਕਬਰਨਾਮਾ ਦੇ ਜਿਹੜਾ ਅਕਬਰਨਾਮਾ ਸੀ ਨਾ ਜਿਹੜੀ ਬਾਇਓਗ੍ਰਾਫੀ ਉਹਦੀ ਲਿਖੀ ਸੀ ਇਹਦੇ ਕੁਝ ਹਿੱਸੇ ਸੀ ਇਹਨਾਂ ਦੇ ਕੁਝ ਹਿੱਸਿਆਂ ਨੂੰ ਅਲੱਗ-ਅਲੱਗ ਵੰਡਿਆ ਗਿਆ ਸੀ ਜਿਸ ਕਿਸੇ ਦੇ ਵਿੱਚ ਮੁਗਲ ਸਲਤਨਤ ਦੇ ਪਸ਼ੋਕਰ ਦੀ ਗੱਲ ਕੀਤੀ ਗਈ ਕਿਸ ਚੱਕਬਰ ਦੇ ਰਾਜ ਦੀ ਗੱਲ ਕੀਤੀ ਗਈ ਕਿਸ ਚਬুল ਫਜ਼ਲ ਨੇ ਆਪਦੀ ਜ਼ਿੰਦਗੀ ਬਾਰੇ ਲਿਖਿਆ ਇਸ ਤਰੀਕੇ ਨਾਲ ਭਾਈ ਅਬੂਲ ਫਜ਼ਲ ਨੇ ਕੀ ਲਿਖਿਆ ਇਹ ਲਿਖਿਆ ਜੀ ਆਪਣੇ ਕੋਲੇ ਅਕਬਰਨਾਮਾ ਅਬੂਲ ਫਜ਼ਲ ਕੌਣ ਸੀ ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਯਾਦ ਰੱਖਿਓ ਨੌ ਰਤਨਾਂ ਦੇ ਵਿੱਚੋਂ ਇੱਕ ਐਡਵਾਈਜ਼ਰ ਬੀਰਬਲ ਵੀ ਇ ਐਡਵਾਈਜ਼ਰ ਆ ਨਾ ਜਿਹੜਾ ਬੀਰਬਲ ਉਹ ਵੀ ਇੰਪੋਰਟੈਂਟ ਆ ਦੋਸਤੋ ਟੋਡਰ ਮੱਲ ਵੀ ਇੰਪੋਰਟੈਂਟ ਆ ਜੀ ਟੋਡਰ ਮੱਲ ਜੋ ਕਿ ਖਜ਼ਾਨਚੀ ਸੀ ਅਕਬਰ ਦਾ ਨੌ ਰਤਨਾਂ ਦੇ ਵਿੱਚੋਂ ਵੀ ਇੰਪੋਰਟੈਂਟ ਆ ਜੀ ਰਾਜਾ ਮਾਨ ਸਿੰਘ ਰਾਜਾ ਮਾਨ ਸਿੰਘ ਜੋ ਕਿ ਆਰਮੀ ਦਾ ਕਮਾਂਡਰ ਸੀ ਇਹ ਵੀ ਇੰਪੋਰਟੈਂਟ ਆ ਜੀ ਤੇ ਨਾਲ ਮੁੱਲਾ ਦੋ ਪਿਆਜਾ ਮੁੱਲਾ ਦੋ ਪਿਆਜਾ ਇਹ ਵੀ ਅਕਬਰ ਦੇ ਦਰਬਾਰ ਦਾ ਭਾਈ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਉਹ ਵੈਰੀ ਗੁੱਡ ਸ਼ਾਬਾਸ਼ ਅਗਲੇ ਕੁਐਸਚਨ ਦੇ ਵੱਲ ਚੱਲਦੇ ਆਂ ਚਲੋ ਹਰ ਸੰਸਦੀ ਮੀਟਿੰਗ ਦਾ ਪਹਿਲਾ ਘੰਟਾ ਡੈਸ਼ ਲਈ ਹੁੰਦਾ ਜੀ ਹਰ ਸੰਸਦੀ ਮੀਟਿੰਗ ਦਾ ਪਹਿਲਾ ਘੰਟਾ ਕਾਦੇ ਵਾਸਤੇ ਹੁੰਦਾ ਦੋਸਤੋ ਹਰ ਸੰਸਦ ਦੀ ਮੀਟਿੰਗ ਜਿਹੜੀ ਹੁੰਦੀ ਹੈ ਨਾ ਉਹਦਾ ਪਹਿਲਾ ਘੰਟਾ ਕੀ ਹੁੰਦਾ ਜੀ ਪੁਆਇੰਟ ਆਫ ਆਰਡਰ ਡਿਸਕਸ਼ਨ ਔਨ ਮਨੀ ਬਿਲ ਕੁਐਸਚਨਰ ਜੈਵਰ 0 ਆਰ ਦੱਸੋ ਨਹੀਂ ਆ ਰਿਹਾ ਤੇ ਸੌਰੀ ਸਰ ਬੋਲ ਸਕਦੇ ਨੇ ਦੇਖੋ ਦੋ ਤਰੀਕੇ ਹੁੰਦੇ ਨੇ ਕੁਐਸਚਨ ਨੂੰ ਵੇਖਦੇ ਨਾ ਕੁਐਸਚਨ ਨੂੰ ਵੇਖਣ ਤੋਂ ਬਾਅਦ ਇੱਕ ਤਰੀਕਾ ਹੁੰਦਾ ਦੇਖੋ ਜਾਂ ਤਾਂ ਉਹਦਾ ਆਨਸਰ ਦੇ ਦਿਓ ਜਾਤੋ ਦਾ ਅੰਸਰ ਜੇ ਸਿੱਧੀ ਸਿੱਧੀ ਗੱਲ ਆ ਏ ਬੀ ਸੀ ਡੀ ਅਨਸਰ ਨਹੀਂ ਦੇ ਸਕਦੇ ਤਾਂ ਉਸ ਤੋਂ ਬਾਅਦ ਇੱਕ ਤਰੀਕਾ ਹੋਰ ਹੁੰਦਾ ਜੀ ਉਹ ਕਿਹੜਾ ਤਰੀਕਾ ਇੱਕ ਤਰੀਕਾ ਅੱਕੜ ਬੱਕੜ ਬੰਬੇ ਬੋ 80 90 ਪੂਰਾ 100 ਇੱਕ ਤਰੀਕਾ ਹੈ ਜੀ ਇਸ ਤਰੀਕੇ ਨਾਲ ਤੁਸੀਂ ਕੁਐਸਚਨ ਦਾ ਆਨਸਰ ਕੱਢ ਸਕਦੇ ਹੋ ਹੈ ਦੂਜਾ ਤਰੀਕਾ ਚੁੱਪ ਕਰਕੇ ਲਿਖੋ ਜੀ ਪੰਜ ਅੱਖਰਾਂ ਦਾ ਇੱਕ ਸ਼ਬਦ ਆ ਜਿਹੜਾ ਸਾਰੇ ਮਸਲੇ ਹੱਲ ਕਰ ਦਿੰਦਾ ਬਾਈ ਉਹ ਕੀ ਹੈ ਜੀ ਸੌਰੀ ਸਰ ਚੁੱਪ ਕਰਕੇ ਲਿਖਦੇ ਕਰੋ ਸੌਰੀ ਸਰ ਆ ਜਦ ਰ ਤੁਸੀਂ ਪੰਜ ਅੱਖਰ ਲਿਖ ਦੋਗੇ ਇਹਨਾਂ ਤੋਂ ਬਾਅਦ ਸਾਰਾ ਨਿਵੇੜਾ ਹੋ ਜਾਏਗਾ ਅੰਗਰੇਜ਼ਾਂ ਨੇ ਕਹਿ ਉਹ ਜਆ ਸ਼ਬਦ ਬਣਾਤਾ ਸਿਰ ਪੜ ਕੇ ਕੇ ਦਾ ਸੌਰੀ ਕਹਿ ਦੋ ਅਗਲਾ ਚੁੱਪ ਕਰ ਜਾਂਦਾ ਹਰ ਸੰਸਦ ਦੀ ਮੀਟਿੰਗ ਦਾ ਪਹਿਲਾ ਘੰਟਾ ਕੀ ਹੁੰਦਾ ਜੀ ਕੁਐਸਚਨ ਆਰ ਹੁੰਦਾ ਪਹਿਲਾ ਘੰਟਾ ਕੀ ਹੁੰਦਾ ਜੀ ਕੁਐਸਚਨ ਆਰ ਹੁੰਦਾ ਹੁਣ ਯਾਦ ਰੱਖਣ ਦਾ ਤਰੀਕਾ ਕੀ ਹੈ ਯਾ ਜਦੋਂ ਆਪਾਂ ਕੋਈ ਮੈਂਬਰ ਚੁਣਿਆ ਜੀ ਸੰਸਦ ਦਾ ਆਪਾਂ ਭੇਜਤਾ ਜਾ ਵੀ ਭਾਈ ਫਲਾਨੀ ਜਗ੍ਹਾ ਦੇ ਫਲਾਨੀ ਸੀਟ ਦੇ ਵਿੱਚੋਂ ਚੁਣ ਕੇ ਭੇਜਿਆ ਹੁਣ ਉਹਦਾ ਕੰਮ ਕੀ ਹੈ ਜੇ ਉਹਦਾ ਕੰਮ ਆ ਜੀ ਕੁਐਸਚਨਿੰਗ ਕਰਨੀ ਮੌਕੇ ਦੀ ਸਰਕਾਰ ਨੂੰ ਕੁਐਸਚਨਿੰਗ ਕਰਨੀ ਜਾਂ ਫਿਰ ਲੋਕਾਂ ਦੇ ਬਾਰੇ ਸਵਾਲ ਪੁੱਛਣੇ ਹਨਾ ਉਸ ਹਾਊਸ ਦੇ ਵਿੱਚ ਜਾ ਕੇ ਸਵਾਲ ਪੁੱਛਣ ਵਾਲਾ ਕੰਮ ਕੀ ਹੈ ਜੀ ਪਹਿਲਾ ਕੰਮ ਹੀ ਉਹਦਾ ਹੀ ਹੈ ਤੇ ਪਹਿਲਾ ਘੰਟਾ ਕੀ ਹੁੰਦਾ ਜੀ ਸਵਾਲ ਪੁੱਛਣ ਦਾ ਯਾਨੀ ਕੁਐਸਚਨ ਆਵਰ ਕੁਐਸਚਨ ਆਵਰ ਤੋਂ ਜਸਟ ਬਾਅਦ ਕੀ ਹੁੰਦਾ ਕਵੈਸਚਨ ਆਵਰ ਤੋਂ ਬਾਅਦ ਜਸਟ ਬਾਅਦ ਕੀ ਹੁੰਦਾ ਜੀ ਜ਼ੀਰੋ ਆਵਰ ਹੁੰਦਾ ਦੋਸਤੋ ਉਦੋਂ ਬਿਝਲੇ ਪੈ ਜਾਂਦੇ ਭਾਈ ਇਹ ਐਂ ਕਹਿ ਸਕਦੇ ਆ ਅਗਲਾ ਕਵੈਸਚਨ ਕਹਿੰਦੇ ਅਰਥਸ਼ਾਸਤਰ ਪੁਸਤਕ ਕਿਸ ਨੇ ਲਿਖੀ ਸੀ ਅਰਥਸ਼ਾਸਤਰ ਪੁਸਤਕ ਕਿਸ ਨੇ ਲਿਖੀ ਸੀ ਮਨੋਵਰ ਸ਼ਰਦੀ ਫੇਵਰੇਟ ਸਰ ਮੈਂ ਤੁਹਾਡੇ ਕਰਕੇ ਮੇਰੀ ਸਿਲੈਕਸ਼ਨ ਹੋਈ ਹੈ ਇਸ ਥੈਂਕ ਯੂ ਸੋ ਮਚ ਇਸ ਕਰਕੇ ਮੈਂ ਸਰਦੀ ਫੇਵਰੇਟਾ ਚਲੋ ਭਾਈ ਚੰਗੀ ਗੱਲ ਹੈ ਜੀ ਸਾਰੇ ਸਿਲੈਕਟ ਹੋ ਜਓ ਤੇ ਮੇਰੇ ਸਾਰੇ ਫੇਵਰੇਟਾ चलो जी अर्थशास्त्र पुस्तक किसने लिखी है अर्थशास्त्र पुस्तक किसने लिखी है जी कौटल्या ने अबुल फजल ने भास्कर ने या विक्रम सेठ ने ए लिखी है सर किसने जी कौटल्या ने ਕੋਟਲਿਆ ਨੂੰ ਹੋਰ ਕਿਹੜੇ ਨਾਮ ਨਾਲ ਜਾਣਦੇ ਆਪਾਂ ਵਿਸ਼ਨੂੰ ਗੁਪ ਦੇ ਨਾਮ ਦੇ ਨਾਲ ਜਾਣਦੇ ਆਂ ਦੋਸਤੋ ਕਿਸ ਨੇ ਨਾਮ ਨਾਲ ਜਾਣਦੇ ਆਂ ਜੀ ਵਿਸ਼ਨੂੰ ਗੁਪ ਦੇ ਨਾਮ ਦੇ ਨਾਲ ਕੋਟਲਿਆ ਅਰਥ ਸ਼ਾਸਤਰ ਕਿਸ ਨੇ ਲਿਖੀ ਜੀ ਕੋਟਲਿਆ ਨੇ ਬਿਲਕੁਲ ਰਾਈਟ ਆਨਸਰ ਹੈ ਜਿਹੜੀ ਅਰਥ ਸ਼ਾਸਤਰ ਕਿਤਾਬ ਹੈ ਨਾ ਇਕਨੋਮੀ ਨਾਲ ਸੰਬੰਧਿਤ ਨਹੀਂ ਹੈ ਰਾਜਨੀਤੀ ਨਾਲ ਸੰਬੰਧਿਤ ਹੈ ਜੀ ਰਾਜਨੀਤੀ ਦੇ ਨਾਲ ਸੰਬੰਧਿਤ ਹੈ ਯਾਦ ਰੱਖਿਓ ਦੋਸਤੋ ਪੋਲਿਟਿਕਸ ਦੀ ਕਿਤਾਬ ਹੈ ਵੈਰੀ ਗੁੱਡ ਸ਼ਾਬਾਸ਼ ਅਗਲਾ ਕੁਐਸਚਨ ਵੇਖਦੇ ਆਂ ਜੀ ਅਗਲਾ ਸਵਾਲ ਰਾਸ਼ਟਰੀ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕੀ ਹੋਏਗਾ ਇਹ ਪੇਪਰ ਤੇ ਸਵਾਲ ਆਇਆ ਸੀ ਆਈ ਆਈ ਥਿੰਕ ਆ ਫਾਇਰਮੈਨ ਚ ਆਇਆ ਸੀ ਪਤਾ ਨਹੀਂ ਕਲਰ ਕਰੇ ਪੇਪਰ ਤੇ ਪਿੱਛੇ ਦੀ ਸਵਾਲ ਆ ਕੇ ਹਟਿਆ ਭਾਈ ਠੀਕ ਹੈ ਇਹ ਪਿੱਛੇ ਦੀ ਸਵਾਲ ਆ ਕੇ ਹਟਿਆ ਰਾਸ਼ਟਰੀ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕੀ ਹੋਏਗਾ ਜੀ ਨੈਸ਼ਨਲ ਫਲੈਗ ਜਿਹੜਾ ਭਾਈ ਆਪਣਾ ਦੇਸ਼ ਦਾ ਝੰਡਾ ਹੈ ਤਿਰੰਗਾ ਹੈ ਉਹਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ ਕੀ ਹੋਏਗਾ ਦੱਸੋ ਉਹਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ ਕੀ ਹੋਏਗਾ ਸ਼ਾਬਾਸ਼ ਇਹਦਾ ਉੱਤਰ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਕੀ ਆ ਰਿਹਾ ਸਰ ਸਾਡੇ ਕੋਲੇ ਇਹਦਾ ਉੱਤਰ ਆ ਰਿਹਾ ਜੀ 3 ਅਨੁਪਾਤ 2 ਇਹਦਾ ਉੱਤਰ ਕੀ ਆ ਰਿਹਾ ਜੀ 3 ਅਨੁਪਾਤ 2 ਦੋਸਤੋ ਲੰਬਾਈ ਤੇ ਚੌੜਾਈ ਦਾ ਅਨੁਪਾਤ ਹੋਏਗਾ ਗੱਲ ਯਾਦ ਰੱਖਿਓ ਪੇਪਰ 'ਚ ਸਵਾਲ ਆ ਸਕਦਾ ਜੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕੀ ਹੈ ਜੀ 3 ਅਨੁਪਾਤ 2 ਹੈ ਠੀਕ ਹੈ ਇੱਕ ਹੋਰ ਪੁਆਇੰਟ ਯਾਦ ਰੱਖਿਓ ਜਿਹੜਾ ਮੇਨ ਮੁੱਦਾ ਹੈ ਉਹ ਹੈ ਜੀ ਚੌੜਾਈ ਤੇ ਲੰਬਾਈ ਦਾ ਜੇ ਪੁੱਛ ਲਿਆ ਫੇਰ ਕੀ ਕਰੋਗੇ ਫੇਰ ਭਾਈ ਇਹਨੂੰ ਪੁੱਠਾ ਕਰ ਦਿਓ ਫੇਰ ਦੂਆ ਇਧਰ ਲਿਆਇਓ ਤੀਆ ਇਧਰ ਲੈ ਜਾਓ ਜਾਨੀ ਕਿ ਦੋ ਤੇ ਤਿੰਨ ਦੇ ਵਿੱਚੋਂ ਲੰਬਾ ਕੌਣ ਆ ਜੀ ਦੂਏ ਤੇ ਤੀਏ ਦੇ ਵਿੱਚੋਂ ਲੰਬਾ ਕੌਣ ਸਰ ਜੀ ਤੀਆ ਲੰਬਾ ਹੈ ਮਤਲਬ ਜੇ ਉਧਰ ਲੰਬਾਈ ਜਾਊਗੀ ਉਧਰ ਤੀਆ ਜਾਊਗਾ ਠੀਕ ਹੈ ਦੋਸਤੋ ਯਾਦ ਰੱਖਿਓ ਇਹ ਗੱਲ ਯਾਦ ਰੱਖਿਓ ਲੰਬਾ ਕੋਣਾ ਜੀ ਤੀਆਂ ਲੰਬਾ ਹੈ ਅਗਲੇ ਕੁਐਸਚਨ ਦੇ ਵੱਲ ਚਲੀਏ ਪਰ ਉਸ ਤੋਂ ਪਹਿਲਾਂ ਦੇਖੋ ਇਹ ਜਿਹੜਾ ਤਿਰੰਗਾ ਹੈ ਆਪਣਾ ਇਹਨੂੰ ਡਿਜ਼ਾਈਨ ਕਿਸ ਨੇ ਕੀਤਾ ਪੇਂਗਾਲੀ ਵੈਂਕਿਆ ਨੇ ਕਿਸ ਨੇ ਡਿਜ਼ਾਈਨ ਕੀਤਾ ਦੋਸਤੋ ਪੇਂਗਾਲੀ ਵੈਂਕਿਆ ਨੇ ਡਿਜ਼ਾਈਨ ਕੀਤਾ ਇਸ ਤਿਰੰਗੇ ਨੂੰ ਆਪਣੇ ਨੂੰ ਤੇ ਤਿਰੰਗਾ ਜਿਹੜਾ ਹੈ ਦੋਸਤੋ ਭਾਰਤ ਦਾ ਤਿਰੰਗਾ ਪਹਿਲੀ ਵਾਰੀ ਲਹਿਰਾਇਆ ਕਦੋਂ ਗਿਆ 31 ਦਸੰਬਰ 1929 ਨੂੰ 31 ਦਸੰਬਰ 1929 ਨੂੰ ਪਹਿਲੀ ਵਾਰੀ ਲਹਿਰਾਇਆ ਗਿਆ ਕਿੱਥੇ ਜੀ ਲਾਹੌਰ ਦੇ ਵਿੱਚ ਰਾਵੀ ਨਦੀ ਦੇ ਕੰਢੇ ਦੇ ਉੱਤੇ ਲਹਿਰਾਇਆ ਗਿਆ ਦੋਸਤੋ ਨੋ ਡਾਊਟ ਜਿਹਨੂੰ ਸ਼ੋਕ ਚੱਕਰ ਕਹਿੰਦੇ ਆ ਉਹ ਕਾ ਦਾ ਪ੍ਰਤੀਕ ਹੈ ਜੀ ਉਹ ਪ੍ਰਤੀਕ ਹੈ ਜੀ ਜਸਟਿਸ ਦਾ ਕਾ ਦਾ ਪ੍ਰਤੀਕ ਹੈ ਜੀ ਜਸਟਿਸ ਦਾ ਪ੍ਰਤੀਕ ਹੈ ਦੋਸਤੋ ਅਗਲੇ ਕੁਐਸਚਨ ਦੇ ਵੱਲ ਆ 22 ਜੁਲਾਈ ਭਾਈ 22 ਜੁਲਾਈ ਨੂੰ ਲਹਿਰਾਇਆ ਨਹੀਂ ਗਿਆ ਸੀ ਉਹ 22 ਜੁਲਾਈ ਨੂੰ 22 ਜੁਲਾਈ 1947 ਨੂੰ ਅਡਾਪਟ ਕੀਤਾ ਗਿਆ ਸੀ ਭਾਰਤ ਦੇ ਸੰਵਿਧਾਨ ਦੇ ਵਿੱਚ ਇਹਨੂੰ ਧਿਆਨ ਲਿਆ ਕਰੋ ਕੀ ਕਹਿ ਰਿਹਾ ਪੁੱਛਿਆ ਕੀ ਹੈ ਇਹ ਦੇਖਿਆ ਕਰੋ 31 ਦਸੰਬਰ ਨੂੰ ਲਹਿਰਾਇਆ ਗਿਆ ਸੀ 22 ਜੁਲਾਈ ਨੂੰ ਅਡਾਪਟ ਕੀਤਾ ਗਿਆ ਸੀ ਕਰਦੇ ਕੀ ਰਹਿੰਦੇ ਹੋ ਯਾਰ ਤੁਸੀਂ ਯਾਰ ਮੈਂ ਤੁਹਾਡੇ ਤੇ ਹੈਰਾਨ ਆ ਭਾਈ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸਾਈਟ ਗੌਤਮ ਬੁੱਧ ਦੇ ਜਨਮ ਦੇ ਨਾਲ ਜੁੜੀ ਹੋਈ ਹੈ ਜੀ ਮਹਾਤਮਾ ਬੋਧੀ ਦੇ ਜਨਮ ਦੇ ਨਾਲ ਕਿਹੜੀ ਸਾਈਟ ਜੁੜੀ ਹੋਈ ਹੈ ਸਾਰਨਾਥ ਲੁੰਬਿਨੀ ਕੁਸ਼ੀਨਗਰ ਜਾਂ ਫਿਰ ਬੋਧਗਿਆ ਦੱਸੋ ਜੀ ਉੱਤਰ ਕੀ ਆ ਰਿਹਾ ਜੀ ਇਹ ਸਵਾਲ ਦਾ ਜਵਾਬ ਕੀ ਆ ਰਿਹਾ ਆਪਣੇ ਕੋਲੇ ਇਹਦਾ ਉੱਤਰ ਆ ਰਿਹਾ ਸਰ ਜੀ ਲੁੰਬੀ ਨਹੀਂ ਲੁੰਬਿਨੀ ਦੇ ਵਿੱਚ ਕੀ ਹੋਇਆ ਸੀ ਗੌਤਮ ਬੋਧੀ ਦਾ ਦੋਸਤੋ ਜਨਮ ਹੋਇਆ ਸੀ ਜੀ ਗੌਤਮ ਬੋਧੀ ਦਾ ਕੀ ਹੋਇਆ ਸੀ ਜਨਮ ਹੋਇਆ ਸੀ ਲੁੰਬਿਨੀ ਦੇ ਵਿੱਚ ਇੱਕ ਹੋਰ ਦੇਖ ਰਿਹਾ ਨੂੰ ਨੀਚੇ ਬਹੁਤ ਗਿਆ ਬੋਧ ਗਿਆਨ ਲਾਦੇ ਉੱਥੇ ਗਿਆਨ ਦੀ ਪ੍ਰਾਪਤੀ ਹੋਈ ਸੀ ਇੱਥੇ ਮਹਾਤਮਾ ਬੋਧ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਬੋਧ ਗਿਆ ਹੈ ਕਿੱਥੇ ਇਹ ਆ ਜੀ ਬਿਹਾਰ ਦੇ ਵਿੱਚ ਦੋਸਤੋ ਕਿੱਥੇ ਆ ਜੀ ਬਿਹਾਰ ਦੇ ਵਿੱਚ ਇਸ ਬੋਧ ਗਿਆ ਦੇ ਵਿੱਚ ਕਿ ਲੇਟੀ ਹੋਈ ਆ ਲੇਟੀ ਹੋਈ ਸਟੈਚੂ ਵੀ ਹੈ ਜੀ ਲੇਟੀ ਹੋਈ ਮੂਰਤੀ ਵੀ ਹੈ ਮਹਾਤਮਾ ਬੋਧ ਜੀ ਦੀ ਇਹ ਵੀ ਗੱਲ ਯਾਦ ਰੱਖਿਓ ਅਗਲਾ ਕੁਐਸਚਨ ਕਹਿੰਦੇ ਬੰਗਲਾਦੇਸ਼ ਕਿਸ ਆ ਬੰਗਲਾਦੇਸ਼ ਵਿੱਚ ਕਿਸ ਨਦੀ ਦਾ ਨਾਮ ਪਦਮਾ ਹੈ ਕਿਹੜੀ ਨਦੀ ਦਾ ਨਾਮ ਦੋਸਤੋ ਪਦਮਾ ਹੈ ਬੰਗਲਾਦੇਸ਼ ਦੇ ਵਿੱਚ ਜੇਲਮ ਗੰਗਾ ਬ੍ਰਹਮਪutra ਇੰਡਸ ਬੰਗਲਾਦੇਸ਼ ਦੇ ਵਿੱਚ ਕਿਹੜੀ ਨਦੀ ਨੂੰ ਪਦਮਾ ਕਿਹਾ ਜਾਂਦਾ ਹੈ ਦੇਖੋ ਨਦੀ ਇੱਕੋ ਹੀ ਹੁੰਦੀ ਹੈ ਪਰ ਜਦੋਂ ਆ ਵੱਖੋ ਵੱਖਰੇ ਦੇਸ਼ਾਂ ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚ ਜਾਂਦੀ ਉਹ ਨਾਮ ਚੇਂਜ ਹੁੰਦਾ ਰਹਿੰਦਾ ਕਿਉਂਕਿ ਹਰ ਭਾਸ਼ਾ ਅਲੱਗ ਹੈ ਜੀ ਹਰ ਇੱਕ ਦਾ ਸੱਭਿਆਚਾਰ ਅਲੱਗ ਹੈ ਹਰ ਇੱਕ ਦੀ ਭਾਸ਼ਾ ਦਾ ਮਤਲਬ ਅਲੱਗ ਉਸੇ ਤਰੀਕੇ ਨਾਲ ਭਾਈ ਜਿਹੜੀ ਹੈ ਭਾਸ਼ਾ ਦੇ ਨਾਲ ਨਾਲ ਜਗ੍ਹਾ ਦੇ ਨਾਮ ਨਾਲ ਨਾਮ ਚੇਂਜ ਹੁੰਦੇ ਰਹਿੰਦੇ ਆ ਜਿਵੇਂ ਘਰ ਦੇ ਵਿੱਚ ਕੋਈ ਮੁੰਡਾ ਆਵੇ ਉਹਦਾ ਨਾਮ ਭਪਿੰਦਰ ਸਿੰਘ ਬਾਹਰ ਜਾਂਦਾ ਭੋਲਾ ਭੋਲਾ ਕਹਿੰਦੇ ਉਹਨੂੰ ਦੋਸਤੋ ਹਣਾ ਤੇ ਇਸ ਤਰੀਕੇ ਨਾਲ ਕੋਈ ਹੋਵੇ ਜੀ ਮੰਦੀਪ ਸਿੰਘ ਉਹ ਮੈਂਦੀ ਬਣ ਜਾਂਦਾ ਭਾਈ ਅੱਜ ਕੱਲ ਗੁਰਿੰਦਰ ਦਾ ਗੁਰੀ ਇੱਕ ਮਿੰਟ ਚ ਬਣ ਜਾਂਦਾ ਭਾਈ ਗੁਰਪ੍ਰੀਤ ਦਾ ਗੁਰੀ ਬਣ ਜਾਂਦਾ ਇਸ ਤਰੀਕੇ ਨਾਲ ਭਾਈ ਨਾਮ ਜਿਹੜੇ ਆ ਇਹ ਇਲਾਕੇ ਦੇ ਨਾਲ ਚੇਂਜ ਹੁੰਦੇ ਆ ਜੀ ਇਸੇ ਤਰੀਕੇ ਨਾਲ ਬੰਗਲਾਦੇਸ਼ ਦੇ ਵਿੱਚ ਜਿਹੜੀ ਗੰਗਾ ਨਦੀ ਉਹਨੂੰ ਪਦਮਾ ਬੋਲਿਆ ਜਾਂਦਾ ਜੀ ਉਹਨੂੰ ਕੀ ਬੋਲਿਆ ਜਾਂਦਾ ਦੋਸਤੋ ਪਦਮਾ ਬੋਲਿਆ ਜਾਂਦਾ ਹੈ ਕੀ ਬੋਲਿਆ ਜਾਂਦਾ ਪਦਮਾ ਬੋਲਿਆ ਜਾਂਦਾ ਦੋਸਤੋ ਵੈਰੀ ਗੁੱਡ ਸ਼ਾਬਾਸ਼ ਬਹੁਤ ਹੀ लाजवाब ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਅੱਛੇ ਅਗਲੇ ਕੁਐਸਚਨ ਦੇ ਵੱਲ ਚੱਲਦੇ ਆਂ ਅਗਲਾ ਸਵਾਲ कहेंतरीडल समूहक तौर पर किसान जिम्मेवार हों जी मंत्री मंडल जोड़ा है वह समूहक तौर पर किसों जिम्मेवार हों टू का प्रेजिडेंट या टू का प्राइम मिनिस्टर या टू का लोग सभा राज्यसभा किसानू जिम्मेवार हों फायरमैन का पेपर डिस्कशन कर लिया तुसी? यार शायद मैं किया उस दिन में छुट्टी तो दो तीन दिन पिंड गया होया फायरमैन का पेपर होकत कोई डाउट है क्या ਕੋਈ ਗੱਲ ਨਹੀਂ ਕੋਈ ਡਾਊਟ ਹੁੰਦਾ ਮੈਨੂੰ ਇੰਸਟਾਗ੍ਰam ਤੇ ਸੈਂਡ ਕਰ ਦਿਆ ਕਰੋ ਮਨੂਜ ਸਰ ਸਰਚ ਕਰ ਲਿਆ ਕਰੋ ਉੱਥੇ ਮਿਲ ਜੂਗੀ ਮੇਰੀ ਆਈਡੀ ਮੈਂ ਜੋ ਮਰਜੀ ਸੈਂਡ ਕਰ ਦੇ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਭਾਈ ਠੀਕ ਹੈ ਇਹ ਸਵਾਲ ਦਾ ਜਵਾਬ ਕੀ ਆਏਗਾ ਜੀ ਇਹਦਾ ਉੱਤਰ ਆਏਗਾ ਸਾਡੇ ਕੋਲੇ ਮੰਤਰੀ ਮੰਡਲ ਸਮੂਹ ਹਕਤੋਰ ਤੇ ਦੇਖੋ ਜਿਹੜਾ ਇੱਕ ਮੰਤਰੀ ਹੁੰਦਾ ਪਿਆਰੇ ਬੱਚਿਓ ਜਿਹੜਾ ਇੱਕ ਮੰਤਰੀ ਹੁੰਦਾ ਦੇਖੋ ਤੁਸੀਂ ਜਵਾਬ ਦਿੱਤਾ ਕੋਈ ਗੱਲ ਨਹੀਂ ਤੁਸੀਂ ਦਿੱਤਾ ਜਵਾਬ ਹੁਣ ਕੋਈ ਸਾਹ ਬਰ ਰੱਖੋ ਸੁਣੋ ਮੇਰੀ ਗੱਲ ਨੂੰ ਇਧਰ ਆਜੋ ਇਧਰ ਆਜੋ ਇਧਰ ਆਜੋ ਜਿਹੜਾ ਇੱਕ ਬੰਦਾ ਹੈ ਜਿਹੜਾ ਇੱਕ ਬੰਦਾ ਇੱਕ ਮੰਤਰੀ ਹੈ ਇਹ ਕਿਹਨੂੰ ਜਵਾਬ ਦੇ ਇਹ ਜਵਾਬ ਦੇ ਆ ਜੀ ਪ੍ਰੈਜ਼ੀਡੈਂਟ ਨੂੰ ਕਿਉਂਕਿ ਪ੍ਰੈਜ਼ੀਡੈਂਟ ਨੇ ਨੂੰ ਅਪਾਇੰਟ ਕੀਤਾ ਸੀ ਠੀਕ ਹੈ ਜੀ ਇੱਕ ਦੀ ਥਾਂ ਤੇ ਸਾਰਾ ਮੰਤਰੀ ਮੰਡਲ ਸਾਰਾ ਮੰਤਰੀ ਮੰਡਲ ਇਹ ਕਿਹਨੂੰ ਜਵਾਬ ਦੇ ਆ ਇਹ ਇੱਕ ਬੰਦੇ ਦੀ ਗੱਲ ਤਾਂ ਇੱਕ ਬੰਦਾ ਸੁਣ ਸਕਦਾ ਇਹ ਮੰਤਰੀ ਕਿਸੇ ਪ੍ਰੈਜ਼ੀਡੈਂਟ ਵੀ ਕਿਸੇ ਇੱਕ ਦੂਜੇ ਨੂੰ ਗੱਲ ਸੁਣਾ ਸਕਦੇ ਆ ਪਰ ਇੰਨੇ ਬੰਦਿਆਂ ਦੀ ਪ੍ਰੈਜ਼ੀਡੈਂਟ ਕਿਵੇਂ ਸੁਣੂਗਾ ਹੁਣ ਪ੍ਰੈਜ਼ੀਡੈਂਟ ਕਹਿੰਦਾ ਭਾਈ ਜੀ ਲੋਕ ਸਭਾ ਨੂੰ ਜਵਾਬ ਦਿਓ ਪ੍ਰੈਜ਼ੀਡੈਂਟ ਕੀ ਕਹਿੰਦਾ ਜੀ ਲੋਕ ਸਭਾ ਨੂੰ ਜਵਾਬ ਦਿਓ ਹੁਣ ਮੇਰੇ ਵਾਸਤੇ ਦੀ ਗੱਲ ਨਹੀਂ ਹੈ ਪ੍ਰੈਜ਼ੀਡੈਂਟ ਕੀ ਕਹਿੰਦਾ ਭਾਈ ਹੁਣ ਲੋਕ ਸਭਾ ਨੂੰ ਜਵਾਬ ਦਿਓ ਹੁਣ ਮੇਰੇ ਵਾਸਤੇ ਦੀ ਗੱਲ ਨਹੀਂ ਹੈ ਜਾਨੀ ਕਿ ਸਮੂਹਕ ਤੌਰ ਤੇ ਜਾਨੀ ਕਿ ਕਲੈਕਟਿਵਲੀ ਰਿਸਪਾਂਸਿਬਲ ਕਿ ਇਹਨੂੰ ਨੇ ਪਾਈ ਇਹ ਇਹ ਲੋਕ ਸਭਾ ਨੂੰ ਨੇ ਨਾ ਕਿ ਪ੍ਰੈਜ਼ੀਡੈਂਟ ਨੂੰ ਦੋਸਤੋ ਵੈਰੀ ਗੁੱਡ ਸ਼ਾਬਾਸ਼ ਜੇ ਇੰਡੀਵਿਜੂਅਲ ਦੀ ਗੱਲ ਕਰੂਗਾ ਕਿਸ ਰਾਸ਼ਟਰਪਤੀ ਨੇ ਇੱਕ ਸ਼ਕਤੀ ਦਾ ਪ੍ਰਯੋਗ ਕੀਤਾ ਜਿਸ ਨੂੰ ਸੰਵਿਧਾਨਿਕ ਸ਼ਬਦਾवली ਵਿੱਚ ਪਾਕਟ ਵਿਟੋ ਕਿਹਾ ਜਾਂਦਾ ਜੀ ਪਾਕਟ ਵਿਟੋ ਦਾ ਇਸਤੇਮਾਲ ਇਹਨਾਂ ਵਿੱਚੋਂ ਕਿਸ ਨੇ ਕੀਤਾ ਸੀ ਦੋਸਤੋ ਰਾਜੇਂਦਰ ਪ੍ਰਸਾਦ ਨੇ ਵੀ ਵੀ ਗਿਰੀ ਨੇ ਗਿਆਨੀ ਜੈਲ ਸਿੰਘ ਨੇ ਜਾਂ ਫਿਰ ਡਾਕਟਰ ਏ ਪੀ ਜੀ ਅਬਦੁਲ ਕਲਾਮ ਨੇ ਕਿ ਉਸਨੇ ਕੀਤਾ ਸੀ ਦੋਸਤੋ ਆਪਣੇ ਕੋਲੇ ਪਾਕਟ ਵਿਟੋ ਦਾ ਇਸਤੇਮਾਲ ਸ਼ਾਬਾਸ਼ ਹੈ ਪਿਆਰੇ ਬੱਚਿਓ ਬਹੁਤ ਅੱਛਾ ਕੀ ਬਾਤ ਹੈ ਜੀ ਕੀ ਬਾਤ ਬਹੁਤ ਅੱਛੀ प्यारे बच्चा जी ए किसने इस्तेमाल ਕੀਤਾ ਸੀ ਇਹ ਕੀਤਾ ਸੀ ਜੀ ਗਿਆਨੀ ਜੈਲ ਸਿੰਘ ਨੇ ਇਸਤੇਮਾਲ ਜੀ ਗਿਆਨੀ ਜੈਲ ਸਿੰਘ ਜੀ ਜੋ ਰਾਸ਼ਟਰਪਤੀ ਸਨ ਉਹਨਾਂ ਨੇ ਕੀ ਕੀਤਾ ਸੀ ਭਾਈ ਪਾਕਟ ਵਿਟੋ ਦਾ ਇਸਤੇਮਾਲ ਕੀਤਾ ਜਿਹੜਾ ਪੋਸਟ ਆਫਿਸ ਦੇ ਨਾਲ ਰਿਲੇਟਡ ਬਿੱਲ ਸੀ ਉਹਨੂੰ ਜੇਬ ਚੀ ਪਾ ਕੇ ਰੱਖ ਲਿਆ ਸੀ ਜਾਨੀ ਕਿ ਪਾਕਟ ਵਿਟੋ ਦਾ ਮਤਲਬ ਉਹ ਬਿੱਲ ਜਿਹਨੂੰ ਨਾ ਤਾਂ ਮੋੜਿਆ ਨਾ ਉਹਤੇ ਕੋਈ ਕਾਰਵਾਈ ਕੀਤੀ ਉਹਨੂੰ ਚੁੱਪ ਕਰਕੇ ਸਾਈਡ ਤੇ ਰੱਖਤਾ ਜੀ ਉਹਨੂੰ ਕਹਿੰਦੇ ਆ ਪਾਕਟ ਵਿਟੋ ਦਾ ਇਸਤੇਮਾਲ ਇਹ ਰਾਸ਼ਟਰਪਤੀ ਕਰ ਸਕਦਾ ਭਾਈ ਕੌਣ ਕਰ ਸਕਦਾ ਰਾਸ਼ਟਰਪਤੀ ਕਰ ਸਕਦਾ ਜਾਨੀ ਜੈਲ ਸਿੰਘ ਬਿਲਕੁਲ ਸਹੀ ਉਤਰ ਆ ਜੀ ਅਗਲਾ ਕੁਐਸਚਨ ਦੇਖੋ ਕੀ ਕਹਿੰਦਾ ਕਹਿੰਦੇ ਬਾਲ ਗੰਗਾਦਰ ਤਿਲਕ ਨੂੰ ਭਾਰਤੀ ਅਸ਼ਾਂਤੀ ਦਾ ਪਿਤਾ ਮਾ ਕਿਸ ਨੇ ਕਿਹਾ ਸੀ ਭਾਰਤੀ ਅਸ਼ਾਂਤੀ ਦਾ ਪਿਤਾ ਮਾ ਕਿਸ ਨੇ ਕਿਹਾ ਸੀ ਦੋਸਤੋ ਫਾਦਰ ਆਫ ਅਨਰੈਸਟ ਫਾਦਰ ਆਫ ਅਨਰੈਸਟ ਜਾਨੀ ਕਿ ਅਸ਼ਾਂਤੀ ਦਾ ਪਿਤਾ ਮਾ ਸਾਰੇ 3 एमसीक्यू ਦਾ ਆਨਸਰ ਜਲਦੀ ਹੁੰਦੇ ਪੇਪਰ ਜਾ ਕੇ ਕਨਫਿਊਜ਼ ਹੋ ਜਾਣਾ ਮੰਨ ਪਤਾ ਨਹੀਂ ਪ੍ਰੈਸ਼ਰ ਹੈ ਹੰਦਾ ਹਾਂ ਪ੍ਰੈਸ਼ਰ ਦੇ ਵਿੱਚ ਬਹੁਤ ਕੁਝ ਗਲਤੀਆਂ ਹੁੰਦੀਆਂ ਆ ਜਿਹੜੇ ਆਪਾਂ ਨੂੰ ਆਉਂਦੇ ਵੀ ਨਹੀਂ ਇੰਦਰ ਇੱਕ ਪਤਾ ਕਿਤੇ ਪੇਪਰ ਤੇ ਆਪਾਂ ਕਾਲੀ ਬੋ ਕਰਦੇ ਆ ਬਸ ਕਾਲੀ ਮਚਾ ਲੈਨੇ ਆ ਵੀ ਬਸ ਜਿਵੇਂ ਕਾਕੇ ਦੇ ਗਾਣੇ ਨੇ ਕਾਕੇ ਦੇ ਗਾਣੇ ਬਾੜੀ ਕਾਲੀ ਜਿਉਂਦੀ ਵਾ ਦੱਬੀ ਤੁਰਿਆ ਜਾਂਦਾ ਉਹ ਦੇ ਸ਼ਬਦ ਤੇ ਸ਼ਬਦ ਚੱਕਤਾ ਜਿੱਧਰੋਂ ਲੈਣ ਪਾਤੀ ਉਧਰੋਂ ਸ਼ਬਦ ਪਾਤਾ ਇਧਰੋਂ ਪੈਰਾ ਬਣਾਤਾ ਉਵੇਂ ਕਾਲੀ ਨਾ ਕਰਿਆ ਕਰੋ ਥੋੜਾ ਸਬਰ ਪੇਪਰ ਜਾ ਕੇ ਆਪਸ਼ਨਾਂ ਚਾਰੇ ਵੇਖ ਲਿਆ ਕਰੋ ਹੁਣ ਕੋਈ ਕੁਐਸਚਨ ਸੀ ਇੱਕ ਵਾਰੀ ਮੈਂ ਪੜਿਆ ਪੇਪਰ ਦੇ ਵਿੱਚ ਕੁਈ ਮਿੱਤਰ ਪੇਪਰ ਦੇ ਕੇ ਆਇਆ ਸੀ ਉਹ ਥੋੜਾ ਜਿਹਾ ਇੱਕ ਅੱਧੇ ਨੰਬਰ ਤੋਂ ਪੇਪਰ ਲੈ ਗਿਆ ਸੀ ਉਹਨੇ ਬੜਾ ਸੋਹਣਾ ਪੇਪਰ ਦਿੱਤਾ ਇੱਕ ਨੰਬਰ ਤੋਂ ਪਤਾ ਨਹੀਂ ਇੱਕ ਪਤਾ ਨਹੀਂ 0.25 ਤੋਂ ਇਦਾਂ ਕੁਝ ਰਿਹਾ ਸੀ ਮੇਰੀ ਯਾਦ ਨਹੀਂ ਆ ਰਿਹਾ ਉਹਦੇ ਕੁਐਸਚਨ ਸੀ ਵੀ ਮੈਥ ਦਾ ਕੁਐਸਚਨ ਸੀ ਇਹ ਕਿਸੇ ਕੰਮ ਨੂੰ ਦੱਸ ਦੇਣਾ ਚ ਕਰਦਾ ਬੀ ਉਸੇ ਕੰਮ ਨੂੰ ਬੀ ਦੱਸ ਦੇਣਾ ਚ ਕਰਦਾ ਦੋਵੇਂ ਮਿਲ ਕੇ ਉਸ ਕੰਮ ਦੇ ਅੱਧੇ ਹਿੱਸੇ ਨੂੰ ਕਿੰਨੇ ਦਿਨਾਂ ਚ ਕਰਨਗੇ ਹੁਣ ਉਹ ਮਾਂ ਦੇ ਪੁੱਤ ਨੇ ਕੀ ਕੀਤਾ ਜੀ ਇੰਨੀ ਕਾਲੀ ਕੀਤੀ ਇੰਨੀ ਕਾਲੀ ਕੀਤੀ ਉਹਨੇ ਅੱਧਾ ਕੰਮ ਦੇਖਿਆ ਹੀ ਨਹੀਂ ਵੀ ਉਹਨਾਂ ਨੇ ਇਹ ਪੁੱਛਿਆ ਨਾ ਵੀ ਅੱਧੇ ਕੰਮ ਨੂੰ ਕਿੰਨੇ ਦਿਨਾਂ 'ਚ ਕਰਨਗੇ ਉਹਨੂੰ ਐ ਲੱਗਿਆ ਸ਼ਾਇਦ ਪੂਰੇ ਕੰਮ ਨੂੰ ਦੋਵੇਂ ਮਿਲ ਕੇ ਕਿੰਨੇ ਦਿਨਾਂ 'ਚ ਕੰਮ ਕਰਨਗੇ ਉਹਨੇ ਐਲਸੀਐਮ ਲੈ ਕੇ ਵੰਟਾ ਮਾਰ ਕੇ ਨਾਲ ਦਾ ਉੱਤਰ ਇਹਨੇ ਦਿਨ ਲਾਤਾ ਆਪਸ਼ਨ A 'ਚ ਗਲਤ ਉੱਤਰ ਹੀ ਹੁੰਦਾ ਆਪਸ਼ਨ A 'ਚ ਜ਼ਿਆਦਾਤਰ ਗਲਤ ਉੱਤਰ ਪੈਂਦੇ ਜੋ ਕੁਐਸਚਨ ਇਦਾਂ ਦਾ ਪਾਇਆ ਹੋਵੇ ਸੋ ਆਪਾਂ ਧਿਆਨ ਦੇ ਨਾਲ ਥੋੜਾ ਜਿਹਾ ਸਲੋ ਤਰੀਕੇ ਨਾਲ ਥੋੜਾ ਜਿਹਾ ਮਤਲਬ ਸਯਮ ਦੇ ਨਾਲ ਸਹਿਜ ਪੱਕੇ ਸੋ ਮਿੱਠਾ ਹੋਏ ਆਪਾਂ ਤਾਂ ਪਾਈਏ ਵੀ ਸੁਣਦੇ ਆਏ ਹਾਂ ਬਚਪਨ ਤੋਂ ਤੇ ਸਹਿਜ ਮਤੇ ਨਾਲ ਚੀਜ਼ਾਂ ਨੂੰ ਵੇਖਣਾ ਹੈ ਇਹ ਸਵਾਲ ਦਾ ਜਵਾਬ ਕੀ ਹੈ ਜੀ ਆਪਣੇ ਕੋਲੇ ਇਹ ਦਾ ਉਤਰ ਆ ਗਿਆ ਜੀ ਸਾਡੇ ਕੋਲੇ ਵੈਲੈਂਟਾਈਨ ਚ ਰੋਲ ਵੈਲੈਂਟਾਈਨ ਚ ਰੋਲ ਸਰ ਆਜੋ ਜੀ 골ਡਨ ਟੈਂਪਲ ਚੱਲੇ ਆਂ ਸੀ ਅ ਤੁਹਾਨੂੰ ਮੈਂ ਸੱਚ ਦੱਸਾਂ ਬਾਬਾ ਜੀ ਦੇ ਨਾਂ ਤੇ ਵੈਸੇ ਗੱਪ ਮਾਰਦੇ ਵੀ ਹੁੰਦੇ ਤੁਹਾਡੀ ਕਲਾ ਜੋ ਸ਼ੁਰੂ ਕੀਤੀ ਹੈ ਮੈਂ ਸ਼ੁਰੂ ਕਰਨ ਤੋਂ ਸਹੀ 15 ਮਿੰਟ ਪਹਿਲਾਂ ਦੀ ਡਿਸਕਸ਼ਨ ਇਹੀ ਚੱਲ ਰਹੀ ਸੀ 골ਡਨ ਟੈਂਪਲ ਜਾ ਕੇ ਆਈਏ 15 ਮਿੰਟ ਪਹਿਲਾਂ ਦੀ 15 ਮਿੰਟ ਪਹਿਲਾਂ ਦੀ ਡਿਸਕਸ਼ਨ ਇਹੀ ਸੀ ਵੀ 골ਡਨ ਟੈਂਪਲ ਇੱਕ ਵਾਰੀ ਅ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਜਾ ਕੇ ਇੱਕ ਵਾਰੀ ਮੱਥਾ ਟੇਕ ਕੇ ਆਈਏ ਡਿਸਕਸ਼ਨ ਚੱਲ ਰਹੀ ਸੀ ਬਾਕੀ ਅ ਰੱਬ ਨੂੰ ਪਤਾ ਜੀ ਬਾਕੀ ਬਾਬਾ ਜੀ ਨੇ ਅਗਰ ਆ ਲੰਗਰ ਲਿਖਿਆ ਹੋਇਆ ਕਿਸਮਤ ਦੇ ਵਿੱਚ ਤੇ ਪਹੁੰਚਾਂਗੇ ਜ਼ਰੂਰ ਕਹਿੰਦੇ ਜੀ ਮਨੀ ਬਿਲ ਦੀ ਪਰਿਭਾਸ਼ਾ ਭਾਰਤ ਦੇ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ ਮਨੀ ਬਿਲ ਦੀ ਡੈਫੀਨੇਸ਼ਨ ਭਾਰਤ ਦੇ ਕਿਹੜੇ ਸੰਵਿਧਾਨ ਦੇ ਕਿਹੜੇ ਆਰਟੀਕਲ ਤੇ ਲਿਖੀ ਹੋਈ ਹੈ ਦੋਸਤੋ ਦੱਸੋ ਦੱਸੋ ਜੀ 109 110 33 ਜਾਂ ਫਿਰ 93 ਜਿਹਦਾ ਜਨਮ ਐਤਵਾਰ ਨੂੰ ਹੈ ਜਿਹਨੂੰ ਡੱਕਾ ਹੀ ਨਹੀਂ ਪਤਾ ਵਾਟੇ ਪੜ੍ਹਾਈ ਆਈ ਡੋਂਟ نو ਤੇ ਉਹਨੂੰ ਇੱਕ ਗੱਲ ਤਾਂ ਪਤਾ ਵੀ ਆਹ ਦੋਵਾਂ 'ਚੋਂ ਉੱਤਰ ਇੱਕ ਨਹੀਂ ਹੈਗਾ ਆਹ ਦੋਵੇਂ ਆਨਸਰ ਨਹੀਂ ਹੈਗੇ ਉੱਪਰਲੇ ਦੋਵਾਂ 'ਚੋਂ ਇੱਕ ਹੈ ਉਹਨੂੰ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਜਿਹੜੇ ਬੱਚੇ ਮੈਨੂੰ ਡੇਲੀ ਸੁਣਦੇ ਆ ਉਹ ਜਿਹੜੇ ਬੱਚੇ ਮੈਨੂੰ ਡੇਲੀ ਸੁਣਦੇ ਆ ਉਹਨਾਂ ਨੂੰ ਮੈਂ ਦੱਸਿਆ ਹੋਇਆ ਵੀ ਤੁਸੀਂ ਕੰਮ ਕਰਿਆ ਕਰੋ ਜੀ ਤੁਸੀਂ ਕੀ ਲਿਖਿਆ ਕਰੋ ਤੁਸੀਂ ਇੱਕ ਚੀਜ਼ ਲਿਖਣੀ ਆ ਜੀ ਤੁਸੀਂ ਕੀ ਲਿਖਣਾ 100 10 110 ਆਰਟੀਕਲ ਨੰਬਰ ਕਿੰਨਾ ਜੀ 110 ਲਿਖ ਲਓ ਠੀਕ ਹੈ ਜੀ ਸਰ ਲਿਖ ਲਿਆ 10 ਦੇ ਉੱਤੇ ਕੀ ਆ ਜੀ 10 ਕਾਹਦਾ ਪੈਂਦਾ ਡੀ ਨਾਲ ਪੈਂਦਾ ਜੀ ਡੀ ਤੇ ਕੀ ਆ ਭਾਈ ਡੈਫੀਨੇਸ਼ਨ ਵੀ ਆ ਯਾਨੀ ਕਿ ਡੀ ਤੇ ਦਾਸ ਆ ਤੇ ਡੀ ਤੇ ਡੈਫੀਨੇਸ਼ਨ ਆ ਯਾਨੀ ਕਿ 110 ਦੇ ਵਿੱਚ ਕੀ ਆ ਜੀ ਡੈਫੀਨੇਸ਼ਨ ਆ ਜੀ 109 ਦੇ ਵਿੱਚ ਕੀ ਆ ਮਨੀ ਬਿਲ ਦਾ 109 ਦੇ ਵਿੱਚ ਭਾਈ ਜੀ ਪ੍ਰੋਸੈਸ ਆ ਜੀ ਮਨੀ ਬਿਲ ਦਾ ਮਨੀ ਬਿਲ ਦਾ ਕੀ ਆ ਜੀ ਪ੍ਰੋਸੈਸ ਆ ਭਾਈ 109 ਦੇ ਵਿੱਚ ਮਨੀ ਬਿਲ ਦਾ ਕੀ ਆ ਬੱਚਾ ਜੀ ਪ੍ਰੋਸੈਸ ਹੈ ਇਹ ਗੱਲ ਨੂੰ ਚੇਤੇ ਚ ਰੱਖਿਓ ਗੱਲ ਨੂੰ ਦਿਮਾਗ ਦੇ ਵਿੱਚ ਲਾਓ ਠੀਕ ਹੈ ਕਹਿੰਦੇ ਵਾਟੇ ਚ ਪੜਾਈ ਨਹੀਂ ਪਤਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਸੁਣ ਲਓ 110 ਦੇ 109 ਦੇ ਪ੍ਰੋਸੈਸ ਆ 110 ਦੇ ਡੈਫੀਨੇਸ਼ਨ ਆ ਕੌਣ ਤੈਅ ਕਰੇਗਾ ਵੀ ਕੋਈ ਬਿਲ ਮਨੀ ਬਿਲ ਹੈ ਜਾਂ ਨਹੀਂ ਕੌਣ ਤੈਅ ਕਰੇਗਾ ਵੀ ਕੋਈ ਬਿਲ ਮਨੀ ਬਿਲ ਹੈ ਜਾਂ ਨਹੀਂ ਇਹ ਲੋਕ ਸਭਾ ਦਾ ਸਪੀਕਰ ਤੈਅ ਕਰੇਗਾ ਲੋਕ ਸਭਾ ਦਾ ਸਪੀਕਰ ਤੈਅ ਕਰੇਗਾ ਗੱਲ ਕਲੀਅਰ ਹੁਣ ਜੀ ਮਨੀ ਬਿਲ ਪੇਸ਼ ਕਰਨ ਪਰ ਪਰਮਿਸ਼ਨ ਕਿਦੀ ਲੈਣੀ ਪੈਗੀ ਜੀ ਉਹ ਪ੍ਰੈਜ਼ੀਡੈਂਟ ਦੀ ਲੈਣੀ ਪੈਗੀ ਬੱਚੋ ਠੀਕ ਹੈ ਜੀ ਅਗਲੇ ਕੁਐਸਚਨ ਦੇ ਵੱਲ ਚੱਲਦੇ ਆਂ ਕਹਿੰਦੇ ਜੋ ਬ੍ਰਿਟਿਸ਼ ਹਾਊਸ ਆਫ ਕਾਮਨਜ਼ ਦੇ ਮੈਂਬਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਵਿਅਕਤੀ ਸਨ ਪਹਿਲੇ ਭਾਰਤੀ ਵਿਅਕਤੀ ਕੌਣ ਸਨ ਦੱਸੋ ਦੱਸੋ ਵੈਰੀ ਗੁੱਡ ਸ਼ਾਬਾਸ਼ੇ ਕੀ ਬਾਤ ਹੈ ਜੀ ਬਹੁਤ ਹੀ लाजवाब ਸਭ ਦਾ ਜਵਾਬ ਆ ਰਿਹਾ ਜੀ ਵੈਰੀ ਗੁੱਡ ਕੀ ਆ ਰਿਹਾ ਜੀ ਉੱਤਰ ਬਹੁਤ ਅੱਛੇ ਕਹਿੰਦੇ ਜੀ ਇਹਦਾ ਉੱਤਰ ਕੀ ਆਏਗਾ ਜੀ ਦਾਦਾ ਭਾਈ ਨਰੋਜੀ ਇਹ ਸਵਾਲ ਦਾ ਜਵਾਬ ਕੀ ਆਏਗਾ ਜੀ ਆਪਣਾ ਦਾਦਾ ਭਾਈ ਨਰੋਜੀ will be the ਝਮਾ ਝਮ ਅਨਸਰ ਦਾਦਾ ਭਾਈ ਨਰੋਜੀ will be the ਝਮਾ ਝਮ ਅਨਸਰ ਇਹ ਦਾਦਾ ਭਾਈ ਨਰੋਜੀ ਜਿਹੜੇ ਨੇ ਆਪੇ ਭੋਲੇ ਘਟੇ ਦਾ ਗਲਤ ਆ ਇਹ ਬ੍ਰਿਟਿਸ਼ ਹਾਊਸ ਆਫ ਕਾਮਨਸ ਜਾਨੀ ਕਿ ਕੱਲੇ ਇੰਡੀਅਨ ਨਹੀਂ ਸੀ ਪਹਿਲੇ ਇੰਡੀਅਨ ਨਹੀਂ ਪਹਿਲੇ ਏਸ਼ੀਅਨ ਵਿਅਕਤੀ ਆਏ ਸੀ ਪਹਿਲੇ ਏਸ਼ੀਆ ਦੇ ਪਹਿਲੇ ਵਿਅਕਤੀ ਸਨ ਜਿਹੜੇ ਚੁਣ ਕੇ ਗਏ ਸੀ ਬ੍ਰਿਟਿਸ਼ ਹਾਊਸ ਆਫ ਕਾਮਨਸ ਦੇ ਵਿੱਚ ਦੋਸਤੋ ਕੌਣ ਦਾਦਾ ਭਾਈ ਨਰੋਜੀ ਦੋਸਤੋ ਬਹੁਤ ਅੱਛੇ ਜੀ ਅਗਲੇ ਇੱਕ ਹੀ ਕਹਿੰਦਾ ਯਾਰ ਇੱਕ ਜਵਾਬ ਕਹਿੰਦਾ ਸਰ ਜੀ ਡਿਫਿਕਲਟ ਜੇ ਕੁਸ਼ਨ ਲੈ ਕੇ ਆ ਕਰੋ ਉਹ ਭਾਈ ਪੇਪਰਾਂ ਚ ਇਹੋ ਜਾਈ ਜਾਂਦੇ ਮੈਂ ਡਿਫਿਕਲਟ ਲੈ ਕੇ ਤੁਹਾਨੂੰ ਮੈਂ ਆਪ ਦਿਖਾਵਾਂ ਵੀ ਮੈਨੂੰ ਦੇਖੋ ਭਾਈ ਓਏ ਇੰਨਾ ਆਉਂਦਾ ਸਾਰੇ ਜਵਾਬਾਂ ਨੂੰ ਮੈਂ ਕਿਆ ਕਰਾਂ ਦੇਖੋ ਮੰਨਦੇ ਹੋ ਮੰਨਦੇ ਹੋ ਪਰ ਮਿਰਚ ਕਿੰਨੀ ਤਾਕਤਾਂ ਮੈਨੂੰ ਆ ਸਵਾਲ ਵੀ ਹੁੰਦੇ ਆ ਉਹ ਭਾਈ ਜਿਹੜੇ ਜੇ ਪੇਪਰਾਂ ਚੋਂ ਦੇ ਉਹ ਜੇ ਮੈਂ ਲੈ ਕੇ ਆਈਆਂ ਹਨ ਹੈ ਪੀ ਟ੍ਰਿਪਲ ਐਸ ਵੀ ਦੇ ਪਿਛਲੇ ਪੇਪਰ ਕੱਢ ਕੇ ਵੇਖੋ ਕੀ ਆਈ ਜਾਂਦਾ ਪਟਵਾਰੀ ਕੱਢੋ ਉਹਦੇ ਬਾਅਦ ਆਪਣੇ ਪਟਵਾਰੀ ਤੋਂ ਬਾਅਦ ਕਲਰਕ ਦਾ ਪੇਪਰ ਆਇਆ ਉਹ ਕੱਢ ਕੇ ਵੇਖੋ ਪਿੱਛੇ ਫਾਇਰਮੈਨ ਦਾ ਪ ਐਕਸਾਈਜ਼ ਦਾ ਪੇਪਰ ਹੋ ਕੇ ਵੇਖਿਆ ਉਹ ਜੀਕੇ ਜੀਐਸ ਦੇ ਕੁਸ਼ਨ ਦੇਖੋ ਮੈਂ ਇਹ ਚੀਜ਼ ਗਾਰੰਟੀ ਨਾਲ ਕਹਿੰਦੀ ਆ ਮੇਰੀ ਕਲਾਸ ਚ ਬਾਹਰ ਹੋ ਆ ਗਿਆ ਮੈਨੂੰ ਆ ਕੇ ਫੜ ਲਓ ਸਾਹਿਬ ਤੁਸੀਂ ਗੱਪ ਮਾਰ ਦੇ ਰਹੇ ਹੋ ਜੀ ਤੁਸੀਂ ਹੋਰ ਹੀ ਕੁਝ ਕਰ ਰਹੇ ਹੋ ਪੇਪਰ 'ਚ ਕੁਝ ਹੋ ਰਹੀ ਗਿਆ ਇਹੀ ਚੀਜ਼ਾਂ ਪੇਪਰ 'ਚ ਆਈ ਜਾਂਦੀਆਂ ਪਾਕਿਸਤਾਨ ਨਾਮ ਕਿਸ ਨੇ ਰੱਖਿਆ ਸੀ ਪਾਕਿਸਤਾਨ ਨਾਮ ਦੋਸਤੋ ਕਿਸ ਨੇ ਰੱਖਿਆ ਸੀ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਬਹੁਤ ਅੱਛਾ ਜੀ पाकिस्तान नाम किसने रखा किस जी पाकिस्तान टर्म किसने दी दोस्तों ये दिखती थी जी चौधरी रहमत अली ने किसने जी चौधरी रहमत अली ने चौधरी रहमत अली ने की पाकिस्तान टर्म साढ़े को इंट्रोड्यूस कराई सी वेरी गुड डन शाबाश क्या बात है जी सुख करन गुरजीत गुरदीप जसवीर बहुत अच्छे बहुत ही अच्छा जवाब आ रहा जी क्या बात है जी कहते बिल्कुल सही आ रहा चलो जी अगला क्वेश्चन देखिए अगला सवाल देखो जैन धर्म ਦਾ ਜੈਨਿਜ਼ਮ ਦਾ ਪਹਿਲਾ ਤੀਰਥੰਕਰ ਕੌਣ ਸੀ? ਠੀਕ ਹੈ ਸਰ ਸਭ ਕੁਝ। ਢੇਡਾ ਲੱਗ ਰਿਹਾ ਜੈਨੀਆਂ ਦਾ ਪਹਿਲਾ ਤੀਰਥੰਕਰ ਕੌਣ ਸੀ ਦੇਖੋ ਜੈਨ ਧਰਮ ਦੇ ਵਿੱਚ ਕਿੰਨੇ ਤੀਰਥੰਕਰ ਹੋਇਆ ਜੀ 24 24 ਤੀਰਥੰਕਰ ਹੋਇਆ ਜੀ ਸਾਡੇ ਕੋਲ ਜੈਨイズਮ ਦੇ ਵਿੱਚ ਜੈਨ ਧਰਮ ਦੇ ਵਿੱਚ ਕਿੰਨੇ ਤੀਰਥੰਕਰ ਹੋਇਆ ਜੀ 24 ਤੀਰਥੰਕਰ ਹੋਇਆ ਤੇ 24 ਦੇ ਵਿੱਚੋਂ ਪਹਿਲਾ ਤੀਰਥੰਕਰ ਕੌਣ ਆ ਜੀ ਪਹਿਲੇ ਤੀਰਥੰਕਰ ਨੇ ਰਿਸ਼ਭ ਦੇਵ ਜੀ ਕੌਣ ਜੀ ਰਿਸ਼ਭ ਦੇਵ ਜਾਂ ਰਿਸ਼ਭਨਾਥ ਦੇ ਨਾਮ ਦੇ ਨਾਲ ਵੀ ਜਾਣਦੇ ਆਪਾਂ ਇਹਨਾਂ ਨੂੰ ਰਿਸ਼ਭ ਦੇਵ ਜਾਂ ਰਿਸ਼ਭਨਾਥ ਦੇ ਨਾਮ ਦੇ ਨਾਲ ਵੀ ਜਾਣਦੇ ਆਪਾਂ ਇਹਨਾਂ ਨੂੰ ਇਹ ਗੱਲ ਰੱਖਿਓ ਚੇਤੇ ਦੇ ਵਿੱਚ ਤੇ ਇੱਕ ਹੋਰ ਗੱਲ ਯਾਦ ਰੱਖਿਓ ਜਿਹੜੇ 24ਵੇਂ ਤੀਰਥੰਕਰ ਨੇ 24ਵੇਂ ट्वेंटी फोर्थ तीर्थंकर कौन है जी ट्वेंटी फोर्थ तीर्थंकर ने जी, तीर जी? साढ़े कोले कौन दोस्तों ओ ने जी महावीर जैन कौन जी महावीर जिन भगवान महावीर भी कहने ना आप महावीर जैन साढ़े कोले की ने जी चौबीवे तीर्थंकर ने जैनिज्म दे दोस्तों वैरी गुड हो सकता है हम्म ਚਲੋ ਕਹਿੰਦੇ ਹੇਠ ਲਿਖੇ ਵਿੱਚੋਂ ਕੌਣ ਜੁਲਾਈ 1946 ਵਿੱਚ ਸਥਾਪਿਤ ਕੀਤੀ ਗਈ ਸੰਵਿਧਾਨ ਸਭਾ ਦਾ ਮੈਂਬਰ ਨਹੀਂ ਸੀ? ਕੌਣ ਇਹਨਾਂ ਵਿੱਚੋਂ ਸੰਵਿਧਾਨ ਸਭਾ ਦਾ ਮੈਂਬਰ ਨਹੀਂ ਸੀ? ਦੱਸੋ। ਕੌਣ ਨਹੀਂ ਸੀਗਾ ਜੀ ਸੰਵਿਧਾਨਕ ਸਭਾ ਦਾ ਮੈਂਬਰ? ਵੱਲ ਭਾਈ ਪਟੇਲ ਨਹੀਂ ਸੀ ਮਹਾਤਮਾ ਗਾਂਧੀ ਜੀ ਨਹੀਂ ਸੀ ਕੇ ਐਮ ਮੁਨਸ਼ੀ ਜੀ ਨਹੀਂ ਸੀ ਤੇ ਜੇ ਵੀ ਕਰਪਲਾਨੀ ਜੀ ਨਹੀਂ ਸੀ ਦੱਸੋ ਕੌਣ ਨਹੀਂ ਸੀਗੇ ਇਹਦਾ ਉਤਰ ਕੀ ਹੈਗਾ ਜੀ ਮਹਾਤਮਾ ਗਾਂਧੀ ਜੀ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਸਨ ਦੋਸਤੋ ਮਹਾਤਮਾ ਗਾਂਧੀ ਜੀ ਸੰਵਿਧਾਨਿਕ ਸਭਾ ਦੇ ਮੈਂਬਰ ਨਹੀਂ ਸਨ ਦੋਸਤੋ ਚਲੋ ਜੀ ਅਗਲੇ ਕੁਐਸਚਨ ਦੇ ਵੱਲ ਚਲੀਏ ਭਾਰਤ ਇੱਕ ਪ੍ਰਭੂ ਸੱਤਾ ਸੰਪਨ ਲੋਕਤੰਤਰੀ ਗਣਰਾਜ ਬਣਿਆ ਜੀ ਯਾਨੀ ਕਿ ਸੋਵਰਨ ਕੰਟਰੀ ਬਣਿਆ ਸੋਵਰਨ ਡੈਮੋਕਰੈtic ਰਿਪਬਲਿਕ ਕਦੋਂ ਬਣਿਆ ਜੀ ਇੰਡੀਆ ਭਾਰਤ ਕਦੋਂ ਬਣਿਆ ਜੀ ਸੋਵਰਨ ਡੈਮੋਕਰੈtic ਰਿਪਬਲਿਕ ਕੰਟਰੀ ਕਦੋਂ ਬਣਿਆ ਦੱਸੋ ਇਹਦਾ ਉੱਤਰ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਕੀ ਆਏਗਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਸੋਵਰਨ ਨਹੀਂ ਬਣਿਆ ਸੀ ਡੈਮੋਕਰੈਟਿਕ ਵੀ ਨਹੀਂ ਬਣਿਆ ਜੋ ਸੰਵਿਧਾਨ ਆਪਣਾ ਬਣ ਕੇ ਤਿਆਰ ਹੋ ਕੇ ਲਾਗੂ ਹੋ ਗਿਆ ਨਾ ਉਦੋਂ ਆਪਾਂ ਕੀ ਬਣ ਗਏ ਜੀ ਸੋਵਰਨ ਡੈਮੋਕਰੈਟਿਕ ਇੰਡੀਆ ਬਣ ਗਿਆ ਭਾਰਤ ਬਣ ਗਿਆ ਦੋਸਤੋ ਸੀ ਆ ਗਿਆ ਜੀ ਉੱਤਰ ਠੀਕ ਹੈ ਹੁਣ ਜਿਹੜੇ ਏ ਲਈ ਜਾਂਦੇ ਸਾਰੇ ਗਲਤ ਆ ਦੇਸ਼ ਆਜ਼ਾਦ ਹੋਣ ਦਾ ਮਤਲਬ ਇਹ ਨਹੀਂ ਸੋਵਰਨ ਬਣ ਗਿਆ ਡੈਮੋਕਰੈਟਿਕ ਬਣ ਗਿਆ ਲੋਕਤੰਤਰੀ ਬਣ ਗਿਆ ਨਹੀਂ ਲੋਕਤੰਤਰੀ ਉਹ ਆਪਣਾ ਸਭਾ ਸੰਵਿਧਾਨ ਲਾਗੂ ਹੋ ਗਿਆ ਉਦੋਂ ਬਣ ਗਿਆ ਸੀ ਦੋਸਤੋ ਅਗਲੇ ਕੁਐਸਚਨ ਦੇ ਵੱਲ ਚਲੀਏ ਅਗਲਾ ਸਵਾਲ ਕਹਿੰਦੇ ਸਰਕਾਰ ਦੇ ਇੱਕ ਸੰਸਦੀ ਰੂਪ ਵਿੱਚ ਰਾਜ ਦੀਆਂ ਅਸਲ ਸ਼ਕਤੀਆਂ ਇਹਨਾਂ ਵਿੱਚੋਂ ਨਿਯਤ ਹੁੰਦੀਆਂ ਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਰੀਅਲ ਪਾਵਰਸ ਆਫ ਦਾ ਸਟੇਟ ਆਰ ਵੈਸਟਡ ਇੱਕ ਨ ਮੈਂ ਤੁਹਾਨੂੰ ਆ ਦੱਸਣਾ ਵੀ ਸੀ ਅੱਜ ਆਪਣੀ ਕਲਾਸ ਜਿਹੜੀ ਹੈ ਹਾਫ ਹੀ ਲੱਗਣੀ ਵੈਸੇ 1 ਘੰਟੇ ਦੀ ਕਲਾਸ ਹੁੰਦੀ ਆ ਯਾਦ ਰੱਖਿਓ ਜਿਹੜਾ ਸੰਡੇ ਹੋਊਗਾ ਨੇ ਇਸ ਵਾਰ ਐਤਵਾਰ ਹੋਊਗਾ ਦੋਸਤੋ ਐਤਵਾਰ ਨੂੰ ਆਪਣੀ ਜਿਹੜੀ ਕਲਾਸ ਹੋਏਗੀ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਭ ਨੇ ਆਉਣਾ ਹੈ ਮੈਰਾਥਨ ਕਲਾਸ ਦੇ ਵਿੱਚ ਮੈਰਾਥਨ ਕਲਾਸ ਲੈ ਕੇ ਆ ਰਿਹਾ ਐਤਵਾਰ ਨੂੰ ਦੋਸਤੋ ਤੇ ਅੱਜ ਦੀ ਕਲਾਸ ਨੂੰ ਮੈਂ ਇੱਥੇ ਸਮਾਪਤ ਕਰਾਂਗਾ ਭਾਈ ਇਹ ਜਿਹੜਾ ਤੁਹਾਡਾ ਕੁਐਸਚਨ ਸਾਹਮਣੇ ਦਿਖਾਈ ਦੇ ਰਿਹਾ ਐਚ ਡਬਲਯੂ ਆ ਕਿਉਂਕਿ ਥੋੜਾ ਜਲਕਾ ਹੈ ਭਾਈ ਜ਼ਰੂਰੀ ਕੰਮ ਆ ਵੈਸੇ ਆਪਾਂ 10-15 ਮਿੰਟ ਕਲਾਸ ਪਹਿਲਾਂ ਖਤਮ ਕਰ ਰਹੇ ਹਾਂ ਸੋ ਮਾਫੀ ਚਾਹੁੰਨਾ ਇਸ ਗੱਲ ਦੇ ਲਈ ਤੇ ਕੋਸ਼ਿਸ਼ ਕਰਿਓ ਇਹ ਜਿਹੜੇ ਕੁਐਸਚਨ ਨੇ ਪੀਡੀਐਫ ਫਾਰਮ ਦੇ ਵਿੱਚ ਤੁਹਾਨੂੰ ਮੈਂ ਪ੍ਰੋਵਾਈਡ ਕਰ ਦੂੰਗਾ ਉੱਥੇ ਦੇਖ ਲਿਓ ਜੀ ਇਹਨਾਂ ਦੇ ਆਨਸਰ ਦੇ ਦੇਖਣੇ ਹੋਏ ਜਾਂ ਪ੍ਰੈਕਟਿਸ ਕਰਨੇ ਹੋਏ ਤੁਸੀਂ ਦੇਖ ਸਕਦੇ ਹੋ ਅੱਜ ਦੀ ਕਲਾਸ ਨੂੰ ਇੱਥੇ ਸਮਾਪਤ ਕਰੂੰਗਾ ਕੇ 7 ਵਜੇ ਤੱਕ ਮੈਰਾਥਨ ਦੇ ਵਿੱਚ ਜੁੜਾਂਗੇ ਉਹਦੇ ਲਈ ਆਪਦੇ ਆਪ ਨੂੰ ਫਿੱਟ ਕਰਕੇ ਰੱਖਿਓ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਬਾਏ ਬਾਏ ਟੇਕ ਕੇਅਰ